ਅੱਛਾ ਜੀ, ਪਿਛਲੀ ਵਾਰੀ ਅਸੀਂ ਜਿੱਥੇ ਹੀਰ ਦੀ ਕਹਾਣੀ ਮੁਕਾਈ ਸੀ ਉਹ ਇਹ ਸੀ ਕਿ ਰਾਂਝਾ ਜਿਹੜਾ ਉਹ ਦਰਿਆ ਪਾਰ ਕਰ ਗਿਆ, ਮਤਲਬ ਜਿਹੜਾ ਲੁੱਡਣ ਮਲਾਹ ਸੀ ਉਹਦੀਆਂ ਬੀਵੀਆਂ ਉੱਤੇ ਆਸ਼ਕ ਹੋ ਗਈਆਂ ਸਨ ਅਤੇ ਲੁੱਡਣ ਮਲਾਹ ਨੇ ਡਰਦਿਆਂ ਉਹਨੂੰ ਲੰਘਾ ਦਿੱਤਾ ਸੀ ਕਿ ਕਿਤੇ ਮੇਰੀ ਬੁੱਢੀਆਂ ਨੂੰ ਕੱਢ ਕੇ ਨਾ ਲੈ ਜਾਵੇ। ਉੱਥੇ ਜਾ ਕੇ ਦੂਸਰੇ ਪਾਸੇ ਉੱਥੇ ਹੀਰ ਦੀ ਸੇਜ ਸੀਗੀ ਅਤੇ ਰਾਂਝਾ ਉਸ ਸੇਜ 'ਤੇ ਜਾ ਕੇ ਸੌਂ ਗਿਆ ਅਤੇ ਉਹ ਜਦੋਂ ਸੁੱਤਾ ਸੀ ਅਤੇ ਉਹ ਫਿਰ ਉਸ ਵੇਲੇ ਕਿਸੇ ਨੇ ਜਾ ਕੇ ਪਿੰਡ 'ਚ ਦੱਸਿਆ ਕਿ ਤੇਰੀ ਅਤੇ ਸੇਜ ਦੇ ਉੱਤੇ ਕੋਈ ਸੌਂ ਗਿਆ ਅਤੇ ਹੀਰ ਆਈ। ਲੇਕਿਨ ਅਸੀਂ ਸ਼ੁਰੂ ਕਰਾਂਗੇ ਇੱਥੋਂ ਜਿਵੇਂ ਵਾਰਿਸ ਸ਼ਾਹ ਨੇ ਕੀਤਾ ਹੈ ਕਿ ਹੀਰ ਦੀ ਤਾਰੀਫ ਤੋਂ ਸ਼ੁਰੂ ਕੀਤਾ ਹੈ। ਠੀਕ ਅਤੇ ਤੁਸੀਂ ਪੜ੍ਹੋ। ਠੀਕ ਡਾਕਟਰ ਸਾਹਿਬ, ਇਹ ਥੋੜ੍ਹਾ ਜਿਹਾ ਆਪਣੇ ਜਿਹੜੇ ਆਡੀਅੰਸ ਨੇ ਉਹਨਾਂ ਨੂੰ ਅਸੀਂ ਥੋੜ੍ਹਾ ਅੰਦਾਜ਼ਾ ਦੇ ਦਈਏ ਕਿ ਕਿਹੜੀ ਜੀਓਗ੍ਰਾਫਿਕਲੀ ਕਿਹੜੇ ਇਲਾਕੇ ਦੀ ਗੱਲ ਹੋ ਰਹੀ ਹੈ ਜਿੱਥੇ ਹੁਣ ਰਾਂਝਾ ਪਹੁੰਚ ਗਿਆ। ਇਹ ਦਰਿਆ ਕਿਹੜੇ ਚਨਾਬ ਦਾ ਸੀ? ਦਰਿਆ ਚਨਾਬ ਦਾ ਸੀ। ਠੀਕ ਹੈ। ਉਹ ਜਿਹੜਾ ਜਿਹੜਾ ਹੈਗਾ ਨਾ ਆਪਣਾ ਰਾਂਝਾ ਜੀ, ਉਹ ਸੀ ਜਿਹੜਾ ਤਖ਼ਤਾ ਦਾਰਾ ਹੈ ਨਾ, ਉਹ ਸਰਗੋਧੇ 'ਚ ਹੈ। ਠੀਕ ਹੈ। ਉਹ ਦਰਿਆ ਪਾ ਕੇ ਪਾਰ ਕਰਕੇ ਅਤੇ ਆਪਣਾ ਚੰਗ ਸਿਆਲਾ ਦੇ ਗਿਆ। ਅੱਛਾ, ਹੁਣ ਉਹ ਚੰਗ ਦੇ ਏਰੀਆ 'ਚ ਚੰਗ ਚੰਗ ਨੂੰ ਉਹਨੂੰ ਚੰਗ ਹੀ ਕਹਿੰਦੇ ਸਨ ਉਸ ਟਾਈਮ ਵੀ। ਚੰਗ ਹੀ ਚੰਗ ਹੀ ਸੀਗਾ ਉਹ। ਠੀਕ ਹੈ। ਔਰ ਸਰਗੋਧਾ ਵੀ ਉਸ ਟਾਈਮ ਸਰਗੋਧਾ ਹੀ ਸੀ? ਸਰਗੋਧੇ ਦਾ ਮੈਨੂੰ ਮੇਰਾ ਖਿਆਲ ਸ਼ਾਹਪੁਰ ਸੀ ਉਹਨੂੰ ਕਹਿੰਦੇ, ਸ਼ਾਹਪੁਰ ਮੇਰਾ ਖਿਆਲ ਹੈ। ਠੀਕ ਹੈ। ਲੇਕਿਨ ਤਖ਼ਤਾਦਾਰਾ ਸੀ? ਤਖ਼ਤਾਦਾਰਾ ਸੀ। ਠੀਕ ਹੈ ਠੀਕ ਹੈ। ਸਭ ਕਈ ਹੀਰ ਦੀ ਕਰੇ ਤਾਰੀਫ, ਸ਼ਾਇਰ ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ, ਖੂਨੀ ਚੁੰਡੀਆਂ ਰਾਤ ਜਿਉਂ, ਚੰਨ ਦੁਆਲੇ ਸੁਰਖ ਰੰਗ ਜਿਉਂ, ਰੰਗ ਸ਼ਹਾਬ ਦਾ ਜੀ, ਨੈਣ ਨਰਗਸੀ ਮਿਰਗ ਮਮੋਲੜੇ ਦੇ ਗਲਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ, ਭਵਾਂ ਵਾਂਗ ਕਮਾਨ ਲਾਹੌਰ ਦਿਸਣ, ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ, ਸੁਰਮਾ ਨੈਣਾ ਦੀ ਧਾਰ ਵਿੱਚ ਫਬਰਿਆ, ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ, ਖੁੱਲੀ ਤਰਿੰਜਨਾ ਵਿੱਚ ਲਟਕਦੀ ਹੈ ਹਾਥੀ ਮਸਤ ਜਿਉਂ, ਫਿਰੇ ਨਵਾਬ ਦਾ ਜੀ, ਚਿਹਰੇ ਸੋਹਣੇ ਤੇ ਖਾਲ ਖਤ ਬੰਦੇ, ਖੁਸ਼ ਖਤ ਜਿਉਂ ਹਰਫ ਕਿਤਾਬ ਦਾ ਜੀ, ਜਿਹੜੇ ਦੇਖਣੇ ਦੇ ਰੀਜਵਾਂ ਆਹੇ ਵੱਡਾ ਵਾਇਦਾ ਤਿੰਨਾਂ ਦੇ ਬਾਪ ਦਾ ਜੀ, ਚਲੋ ਲੈਲਤੁਲ ਕਦਰ ਦੀ ਕਰੋ ਜ਼ਿਆਰਤ, ਵਾਰਿਸ ਸ਼ਾਹ ਇਹ ਕੰਮ ਸਵਾਬ ਦਾ ਜੀ। ਹਾਂਜੀ, ਇਹ ਵਾਰਿਸ ਸ਼ਾਹ ਨੇ ਦੋ ਬੰਦਾਂ 'ਚ ਜੀ ਕੀਤੀ ਹੈ, ਇਹ ਅਸੀਂ ਇੱਕ ਹੀ ਬੰਦ ਕਰ ਰਹੇ ਹਾਂ। ਠੀਕ ਹੈ। ਦੂਸਰਾ ਮਨ ਬਹੁਤ ਲੰਮਾ ਹੈ, ਇਸ ਲਈ ਉਹ ਅਸੀਂ ਨਹੀਂ ਕਰਾਂਗੇ। ਠੀਕ ਹੈ। ਅਤੇ ਇਹ ਹੀਰ ਦੀ ਤਾਰੀਫ ਦੇ ਵਿੱਚੋਂ ਕਹਿ ਰਹੇ ਨੇ, ਕਈ ਹੀਰ ਦੀ ਕਰੇ ਤਾਰੀਫ ਸ਼ਾਇਰ, ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ, ਕਿ ਜਿਹੜਾ ਮੱਥੇ 'ਤੇ ਉਹ ਸੂਰਜ ਵਾਂਗ ਚਮਕ ਗਿਆ, ਖੂਨੀ ਚੂੰਡੀਆਂ ਰਾਤ ਜਿਉਂ ਚੰਨ ਦੁਆਲੇ, ਸੁਰਖ ਰੰਗ ਜਿਉਂ ਰੰਗ ਸ਼ਹਾਬ ਦਾ ਜੀ। ਜੀ। ਉਹਦੀ ਖੂਨੀ ਚੂੰਡੀਆਂ, ਚੂੰਡੀਆਂ ਦਾ ਮਤਲਬ ਹੁੰਦਾ ਵਾਲ। ਅੱਛਾ। ਹਾਂਜੀ। ਅਤੇ ਉਹਦੀ ਜਿਹੜੀ ਖੂਨੀ ਚੂੰਡੀਆਂ ਤੋਂ ਮਤਲਬ ਤੁਸੀਂ ਸਮਝ ਲਓ ਕਿ ਜ਼ਾਲਮ ਜ਼ੁਲਫੇ, ਉਰਦੂ 'ਚ ਕਰੋਗੇ ਤਾਂ ਕਹੋਗੇ ਜ਼ਾਲਮ ਜ਼ੁਲਫੇ, ਬਹੁਤ ਖੂਬਸੂਰਤ ਵਾਲ, ਬਹੁਤ ਖੂਬਸੂਰਤ ਵਾਲ ਨੇ। ਠੀਕ ਹੈ। ਉਹਨਾਂ ਨੇ ਹੀਰ ਦੇ ਚਿਹਰੇ ਦੇ ਇਰਦ ਗਿਰਦ ਇਵੇਂ ਕੀਤਾ ਹੈ, ਇਵੇਂ ਹੀਰ ਦੇ ਚਿਹਰੇ ਨੂੰ ਟਕਿਆ ਹੈ ਜਿਵੇਂ ਰਾਤ ਨੇ ਚੰਨ ਨੂੰ ਦੇ ਦੁਆਲੇ ਹੁੰਦੀ ਹੈ। ਠੀਕ। ਮਤਲਬ ਇੱਥੇ ਵਾਰਿਸ ਸ਼ਾਹ ਨੇ ਜਿਹੜੀ ਆਮ ਜਿਹੜੀ ਰਮਜ਼ ਸੀ ਨਾ ਉਹਨੂੰ ਉਲਟਾ ਦਿੱਤਾ। ਆਮ ਰਮਜ਼ ਤੇ ਆਉਂਦਾ ਕਿ ਚੰਨ ਚੜ੍ਹਦਾ ਹੈ ਰਾਤ 'ਤੇ, ਅਤੇ ਇੱਥੇ ਵਾਰਿਸ ਸ਼ਾਹ ਨੇ ਕਿਹਾ ਕਿ ਰਾਤ ਜਿਹੜੀ ਹੈ ਉਹਨੇ ਘੇਰਿਆ ਹੈ ਚੰਨ, ਅਤੇ ਦੂਜੀਆਂ ਜਿਹੜੀਆਂ ਜ਼ੁਲਫਾਂ ਨੇ ਆਪਣਾ ਹੀਰ ਦੀਆਂ ਉਹਨਾਂ ਨੇ ਉਹਦੇ ਚਿਹਰੇ ਨੂੰ ਇਵੇਂ ਘੇਰਿਆ ਜਿਵੇਂ ਰਾਤ ਨੇ ਚੰਨ ਨੂੰ ਘੇਰਿਆ ਹੁੰਦਾ। ਸੁਰਖ ਰੰਗ ਜਿਉਂ ਰੰਗ ਸ਼ਾਹ, ਉਹਦਾ ਜਿਹੜਾ ਰੰਗ ਹੈ ਉਹ ਸੁਰਖ ਹੈ, ਲਾਲ ਹੈ ਜਿਵੇਂ ਸ਼ਾਹ ਸਤਾਰੇ ਦਾ ਹੁੰਦਾ। ਨੈਣ ਨਰਗਸੀ ਮਿਰਗ ਮਮੋਲੜੇ ਦੇ, ਹੁਣ ਅੱਖਾਂ ਦੀ ਗੱਲ ਕਰ ਰਹੇ ਹਾਂ, ਨੈਣ ਤਾਂ ਮਤਲਬ ਅੱਖਾਂ, ਨਰਗਸ ਤੇ ਫੁੱਲ ਵਗਰੀਆਂ, ਜਾਂ ਮਿਰਗ ਤਾਂ ਮਤਲਬ ਹੈ ਹਿਰਨ। ਅੱਛਾ। ਮਿਰਗ ਹਿਰਨ ਨੂੰ, ਹਿਰਨ ਕਿਹਨੂੰ ਕਹਿੰਦੇ ਨੇ? ਤੇ ਮਮੋਲੜਾ ਇੱਕ ਛੋਟਾ ਜਿਹਾ ਪਰਿੰਦਾ ਹੁੰਦਾ ਹੈ, ਪੱਖੂ ਹੁੰਦਾ ਇੱਕ ਛੋਟਾ ਜਿਹਾ। ਠੀਕ ਹੈ। ਉਹਦੀਆਂ ਅੱਖਾਂ ਵੀ ਬਹੁਤ ਸੋਹਣੀਆਂ ਹੁੰਦੀਆਂ। ਅੱਛਾ। ਹਾਂਜੀ। ਤੇ ਉਹ ਕਹਿੰਦਾ ਉਹਨਾਂ ਦੀਆਂ ਉਹਦੀਆਂ ਉਹਨਾਂ ਵਗਰੀਆਂ ਉਹਦੀਆਂ ਅੱਖਾਂ ਸਨ, ਗੱਲਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ, ਤੇ ਜਿਹੜੇ ਉਹਦੇ ਚੀਕਸ ਨੇ ਗੱਲਾਂ ਜਿਹੜੀਆਂ ਨੇ ਉਹ ਗੁਲਾਬ ਦੇ ਫੁੱਲ ਵਾਂਗ ਚਮਕ ਰਹੀਆਂ ਨੇ। ਟਹਿਕੀਆਂ ਦਾ ਮਤਲਬ ਚਮਕ, ਟਹਿਕਣਾ ਦਾ ਮਤਲਬ ਹੁੰਦਾ ਹੈ
ਬੜੀ ਅੱਛੀ ਤਰੀਕ ਨਾਲ ਨਜ਼ਰ ਆਉਣਾ। ਅੱਛਾ ਠੀਕ ਹੈ, ਇਹਦਾ ਮਤਲਬ ਰੋਹ ਵੀ ਹੁੰਦਾ। ਅੱਛਾ ਟੈਕੀਆਂ ਦਾ ਬੜਾ ਟੈਕਾ ਹੈ, ਜਿਵੇਂ ਤੇਰਾ ਬੜਾ ਟੈਕਾ ਹੈ। ਅੱਛਾ ਠੀਕ ਹੈ ਠੀਕ ਹੈ। ਬਵਾਂ ਬਾਂ ਕਮਾਨ ਲਾਹੌਰ ਦਿਸਣ, ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ, ਜਿਹੜੀਆਂ ਉਹਦੀਆਂ ਭਵਾਂ ਨੇ ਅੱਖਾਂ ਦੀਆਂ ਭਰਵੱਟੇ ਜਿਹੜੇ ਨੇ, ਉਹ ਇੰਜ ਨੇ ਜਿਵੇਂ ਲਾਹੌਰ ਦੀ ਬਣੀ ਹੋਈ ਕਮਾਨ ਹੁੰਦੀ ਹੈ। ਇਹਦਾ ਮਤਲਬ ਹੈ ਕਿ ਉਸ ਵੇਲੇ ਲਾਹੌਰ ਦੀ ਕਮਾਨ ਬਹੁਤ ਮਸ਼ਹੂਰ ਹੋਵੇਗੀ। ਬਿਲਕੁਲ, ਲਾਹੌਰ ਜਿਹੜੀ ਬਣਨ ਵਾਲੀ ਕਮਾਨ ਹੈ ਉਹ ਬਹੁਤ ਮਸ਼ਹੂਰ ਹੋਏਗੀ। ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ, ਇੰਨੀ ਸੋਹਣੀ ਆ ਕਿ ਜਿਹਦਾ ਹਿਸਾਬ ਹੀ ਕੋਈ। ਚੜਿਆ ਹਿੰਦ ਤੇ ਕਟਕ ਪੰਜਾਬ, ਉਹਦੀ ਨੈਣਾ ਵਿੱਚ ਉਹਦੀ ਅੱਖਾਂ ਵਿੱਚ ਜਿਹੜਾ ਸੁਰਮਾ ਹੈ ਉਹ ਇਵੇਂ ਝਲਕ ਰਿਹਾ ਹੈ, ਇਵੇਂ ਖੂਬਸੂਰਤ ਲੱਗ ਰਿਹਾ ਹੈ, ਇਵੇਂ ਉਹਦੀ ਚਮਕ ਹੈ ਜਿਵੇਂ ਕਿ ਹਿੰਦੁਸਤਾਨ ਦੇ ਉੱਤੇ ਪੰਜਾਬ ਦੀਆਂ ਫੌਜਾਂ ਨੇ ਹਮਲਾ ਕੀਤਾ ਹੋਵੇ। ਅੱਛਾ, ਇਹਦਾ ਮਤਲਬ ਇਹ ਹੈ ਕਿ ਵਾਰਿਸ ਸ਼ਾਹ ਦੇ ਜ਼ਿਹਨ ਤੇ ਜਿਹੜਾ ਹਿੰਦੁਸਤਾਨ ਔਰ ਪੰਜਾਬ ਹੈ ਦੋ ਮੁਖਤਲਿਫ ਇਕਾਈਆਂ। ਠੀਕ ਹੈ ਜੀ, ਠੀਕ ਹੈ। ਖੁੱਲੀ ਤ੍ਰਿੰਜਣਾ ਵਿੱਚ ਲਟਕਦੀ ਹੈ ਹਾਥੀ ਮਸਜੋਂ ਫਿਰੇ ਨਵਾਬ, ਲਟਕਣਾ ਦਾ ਮਤਲਬ ਹੁੰਦਾ ਲੇਜਰਲੀ ਚੱਲਣਾ। ਅੱਛਾ, ਲਟਕਦੀ ਹੈ, ਠੀਕ ਹੈ। ਮਤਲਬ ਇਹ ਹੈ ਕਿ ਹਾਥੀ ਮਸਜੋਂ ਫਿਰੇ ਨਵਾਬ, ਜਿਵੇਂ ਨਵਾਬ ਜਿਹੜਾ ਇਲਾਕੇ ਦਾ ਹੈਗਾ ਉਹਦਾ ਜਿਵੇਂ ਮਸਤ ਹਾਥੀ ਫਿਰਦਾ ਇਵੇਂ ਫਿਰਦੀ ਹੈ। ਠੀਕ ਹੈ। ਚਿਹਰੇ ਸੋਹਣੇ ਤੇ ਖਾਲ ਖਤ ਬਣਦੇ ਖੁਸ਼ ਖਤ ਜਿਉਂ ਹਰਫ ਕਿਤਾਬ ਦਾ ਜੀ, ਉਹਦਾ ਜਿਹੜਾ ਚਿਹਰਾ ਹੈ ਉਹਦੇ ਉੱਤੇ ਜਦੋਂ ਉਹ ਬੋਲਦੀ ਹੈ ਜਾਂ ਹੱਸਦੀ ਹੈ ਜੀ ਜੀ, ਤੇ ਉਹ ਜਿਹੜੇ ਆਪਣਾ ਪੈਂਦੇ ਨੇ ਕੀ ਕਹਿੰਦੇ ਕਹਿਣਾ ਚਾਹੀਦਾ ਹੈ ਜਿਹੜੇ ਉਹਦੇ ਉੱਤੇ ਜਿਹੜੇ ਐਕਸਪ੍ਰੈਸ਼ਨ ਨੇ ਜਿਹੜੇ ਪੈਂਦੇ ਨੇ ਰਿੰਕਲ ਜਿਹੜੇ ਪੈਂਦੇ ਨੇ ਉਹ ਇੰਜ ਨੇ ਜਿਵੇਂ ਕਿ ਖੁਸ਼ ਕਿਸੇ ਬਹੁਤ ਹੀ ਖੁਸ਼ ਖਤ ਨਾਲ ਲਿਖੀ ਹੋਈ ਕਿਤਾਬ ਹੋਵੇ। ਅੱਛਾ, ਯਾਨੀ ਉਹਨੂੰ ਕੈਲੀਗ੍ਰਾਫੀ ਦੇ ਨਾਲ ਵੇਖਣ ਦੇ ਰੀਜਵਾਨ ਦਾ ਮਤਲਬ ਸ਼ੌਕੀਨ ਸ਼ੌਕੀਨ। ਅੱਛਾ, ਜਿਹੜੇ ਉਹਨੂੰ ਵੇਖਣ ਦੇ ਸ਼ੌਕ ਰੱਖਦੇ ਸਨ ਜੀ, ਜਿਹੜੇ ਵੇਖਣ ਦੇ ਰੀਜਵਾਨ ਆਏ ਵੱਡਾ ਵਾਇਦਾ, ਵਾਇਦਾ ਤੋਂ ਮਤਲਬ ਮੁਸੀਬਤ। ਅੱਛਾ, ਮੁਸੀਬਤ ਵਾਇਦਾ ਤਿਨਾਂ ਦੇ ਬਾਪ ਮਤਲਬ ਉਹਨਾਂ ਦੇ ਵਾਸਤੇ। ਅੱਛਾ, ਜਿਹੜੇ ਉਹਨੂੰ ਵੇਖਣ ਤੇ ਸ਼ੌਕ ਰੱਖਦੇ ਸਨ ਉਹਨਾਂ ਵਾਸਤੇ ਬੜੀ ਮੁਸੀਬਤ, ਬੜੀ ਔਖਾ ਕੰਮ ਹੈ, ਔਖਾ ਕੰਮ ਹੈ। ਬਿਲਕੁਲ, ਚਲੋ ਲੈਲਾਤੁਲ ਕਦਰ ਦੀ ਕਰੋ ਜ਼ਿਆਰਤ, ਵਾਰਿਸ ਸ਼ਾਹ ਇਹ ਕੰਮ ਸਵਾਬ। ਮਤਲਬ ਇੱਥੇ ਵਾਰਿਸ ਸ਼ਾਹ ਕਹਿੰਦਾ ਕਿ ਇੰਜੀ ਹੈ ਜਿਵੇਂ ਲੈਲਾਤੁਲ ਕਦਰ ਦੀ ਜ਼ਿਆਰਤ ਕਰ ਲਈ ਤੇ ਹੀਰ ਦਾ ਵੇਖਣਾ ਇੱਕ ਹੀ ਗੱਲ ਹੈ। ਅੱਛਾ, ਯਾਨੀ ਇੰਨੀ ਉਹ ਬਾਬਰਕਤ, ਇੰਨੀ ਉਹ ਬਾਬਰਕਤ ਚੀਜ਼ ਹੈ ਜੀ। ਪਰ ਸਾਹਿਬ ਇਹਦੀ ਕੀ ਵਜ੍ਹਾ ਹੈ ਕਿ ਇਹ ਹੁਣ ਜ਼ਾਰਾ ਆਪਣੇ ਮਹਿਬੂਬ ਨੂੰ ਡਿਸਕ੍ਰਾਈਬ ਕਰ ਰਿਹਾ ਤੇ ਨਾਲ ਉਹ ਲੈਲਤੁਲ ਕਦਰ ਜਿਹੜਾ ਕਿ ਮੁਸਲਮਾਨਾਂ ਦਾ ਇੱਕ ਬੜਾ ਖਾਸ ਦਿਨ ਹੈ, ਇਹ ਵੀ ਤਸੱਵੁਫ ਵੀ ਲਿਆ ਦਿੰਦੇ ਨੇ। ਦੇਖੋ ਜੀ, ਵਾਰਿਸ਼ਾ ਜਿਹੜਾ ਨਾ ਉਹਦਾ ਬੇਸਿਕਲੀ ਮੈਂ ਤੁਹਾਨੂੰ ਸ਼ਾਇਦ ਪਹਿਲੇ ਵੀ ਇਹ ਗੱਲ ਕੀਤੀ ਹੈ ਕਿ ਵਾਰਿਸ਼ਾ ਕਿਸੇ ਨੂੰ ਇੱਕ ਫਲਸਫੇ ਨੂੰ ਬਿਆਨ ਕਰਨ ਲਈ ਜੀ, ਜਿਹੜਾ ਤਸੱਵੁਫ ਦਾ ਫਲਸਫਾ ਹੈ ਉਹਨੂੰ ਬਿਆਨ ਕਰਨ ਲਈ ਇਸਤੇਮਾਲ ਕਰਦਾ ਹੈ। ਅੱਛਾ, ਔਰ ਉਹ ਜਿਹੜਾ ਫਲਸਫਾ ਹੈ ਉਹਦੇ ਵਿੱਚ ਉਹਦੇ ਫਲਸਫੇ ਦੇ ਤਹਿਤ ਮਜ਼ਮੂਨਾ ਕਿਵੇਂ ਤਰਲਕ ਹੈ, ਬੰਦਿਆਂ ਦਾ ਆਪਸ ਕਿਵੇਂ ਤਰਲਕ ਹੈ, ਇਹ ਸਾਰੀਆਂ ਗੱਲਾਂ ਉਹ ਲੈਂਦਾ ਹੈ। ਹਾਂਜੀ, ਠੀਕ ਹੈ। ਤੇ ਅੱਗੇ ਹੈ ਕਿ ਜੀ ਉਹ ਫਿਰ ਉਹ ਇਹ ਤੇ ਖੈਰ ਹੋ ਗਈ ਨਾ, ਉਹਦੀ ਤਾਰੀਫ ਹੋ ਗਈ ਜੀ, ਫਿਰ ਉਹ ਲੈ ਕੇ ਹੀਰ ਜਿਹੜੀ ਹੈ 60 ਸਹੇਲੀਆਂ ਲੈ ਕੇ ਨਾਲ ਆਈ। ਅੱਛਾ, ਤੇ ਉਹਨੇ ਆ ਕੇ ਤੇ ਉਹਨੇ ਆਖਿਆ ਕਿ ਇਹ ਕੌਣ ਸੁੱਤਾ ਹੈ ਮੇਰੀ ਸੇਜ ਦੇ ਉੱਤੇ। ਠੀਕ ਹੈ। ਤੇ ਉਹਨੇ ਸੋਟੀ ਮਾਰਨ ਲਈ ਮਾਰਨ ਲੱਗੀ ਉਹਨੂੰ। ਅੱਛਾ, ਤੇ ਰਾਂਝੇ ਨੇ ਉੱਠ ਕੇ ਆਖਿਆ ਵਾਹ ਸੱਜਣ, ਹੀਰ ਹੱਸ ਕੇ ਤੇ ਮਿਹਰਬਾਨ। ਅੱਛਾ, ਹਾਂ, ਮਤਲਬ ਰਾਂਝੇ ਨੇ ਕਿਹਾ ਵਾਹ ਸੱਜਣ, ਕਿਹਾ
ਬਾਤ ਹੈ ਬਿਲਕੁਲ ਤੇ ਹੀਰ ਜਿਹੜੀ ਹੈ ਉਹ ਮਿਹਰਬਾਨ ਹੋ ਗਈ ਵਾਰਿਸ ਸ਼ਾਹ ਇੱਥੇ ਲੰਮੀ ਚੌੜੀ ਕੋਈ ਡਾਇਲਾਗ ਬਾਜ਼ੀ ਨਹੀਂ ਕਰਵਾਉਂਦਾ ਨਹੀਂ ਕਰਵਾਉਂਦਾ ਠੀਕ ਹੈ ਉਹ ਬਸ ਸਿੱਧਾ ਸਿੱਧਾ ਇੱਕ ਮਿਸਰੇ ਦੇ ਵਿੱਚ ਗੱਲ ਮੁਕਾ ਦਿੰਦਾ ਕਿ ਦੋਵੇਂ ਇੱਕ ਦੂਜੇ ਤੇ ਆਸ਼ਿਕ ਹੋ ਗਏ ਉਹਨਾਂ ਦਾ ਕੀ ਕਹਿਣਾ ਲਵ ਐਟ ਫਸਟ ਸਾਈਟ ਸੀਗਾ ਵਾਰਿਸ ਸ਼ਾਹ ਇਹ ਕਹਿਣਾ ਚਾਹ ਰਹੇ ਉਹ ਕਹਿਣਾ ਚਾਹ ਰਹੇ ਨੇ ਕਿ ਮਤਲਬ ਦੋਵਾਂ ਦੀ ਆਪਸ ਦੇ ਵਿੱਚ ਜੁੜਤ ਹੋ ਗਈ ਫ੍ਰੀਕੁਐਂਸੀ ਮਿਲ ਗਈ ਮਿਲ ਗਈ ਠੀਕ ਹੈ ਨਹੀਂ ਵੈਸੇ ਤਾਂ ਹੋ ਸਕਦਾ ਹੈ ਉਹ ਮਤਲਬ ਇਹ ਹੈ ਕਿ ਕਿੰਨੀਆਂ ਗੱਲਾਂ ਹੋਈਆਂ ਹੋਣਗੀਆਂ ਬਿਲਕੁਲ ਲੇਕਿਨ ਇਹ ਕਿੱਸਾ ਕਰਨ ਵਾਲਾ ਦੇ ਵਿੱਚ ਬਿਲਕੁਲ ਜਿਹੜਾ ਉਹ ਕੇਸ ਗੱਲ ਦੇ ਉੱਤੇ ਬਹੁਤਾ ਵਕਤ ਲਾਉਣਾ ਚਾਹੁੰਦਾ ਹੈ ਜੀ ਕੇਸ ਦੇ ਉੱਤੇ ਘੱਟ ਲਾਉਣਾ ਚਾਹੁੰਦਾ ਹੈ ਬਿਲਕੁਲ ਮਿਸਾਲ ਦੇ ਤੌਰ ਤੇ ਜਿਹੜਾ ਦਮੋਦਰ ਦਾਸ ਹੈ ਜੀ ਜੀ ਉਹ ਬਹੁਤ ਲੰਬਾ ਕਿਸੇ ਨੂੰ ਇਸ ਜਗ੍ਹਾ ਤੇ ਲਿਖਦਾ ਹੈ ਕਿ ਉਹ ਪੀਂਘ ਤੇ ਚੜੀ ਸੀ ਪੀਂਘ ਉੱਤੇ ਗਈ ਤੇ ਉਹਨੇ ਉੱਤੋਂ ਪੀਂਘ ਤੋਂ ਦੇਖਿਆ ਰਾਂਝੇ ਨੂੰ ਤੇ ਉਹ ਉਹਨੇ ਛਾਲ ਮਾਰ ਦਿੱਤੀ ਸੋ ਮਤਲਬ ਇਹ ਹੈ ਕਿ ਇਹ ਕਿੱਸਾ ਲਿਖਣ ਵਾਲਾ ਉਹਨੂੰ ਕਿੰਨੀ ਥਾਂ ਦੇਣਾ ਚਾਹੁੰਦਾ ਹੈ ਬਿਲਕੁਲ ਉਸ ਡਾਇਲਾਗ ਨੂੰ ਜਾਂ ਉਹ ਸਿਚੁਏਸ਼ਨ ਨੂੰ ਠੀਕ ਹੈ ਇਹ ਤੇ ਉਹਦੇ ਤੇ ਡਿਪੈਂਡ ਕਰਦਾ ਹੈ ਠੀਕ ਚਲੋ ਜੀ ਠੀਕ ਹੈ ਰਾਂਝਾ ਆਖਦਾ ਹੈ ਜਹਾਨ ਸੁਫਨਾ ਮਰ ਜਾਉਣਾ ਹੈ ਮਤਵਾਲੀ ਨੀ ਤੁਸਾਂ ਜਿਹਾ ਪਿਆਰਿਆਂ ਇਹ ਲਾਜ਼ਿਮ ਆਏ ਗਏ ਮੁਸਾਫਰਾਂ ਪਾਲੀਏ ਨੀ ਏਡਾ ਹੁਸਨ ਦਾ ਨਾ ਗੁਮਾਨ ਕੀਜੇ ਇਹ ਲੇ ਪਲੰਗ ਹੀ ਸਨੇ ਹੈ ਸਨੇ ਨਿਹਾਲੀਏ ਨੀ ਅਸਾਂ ਰੱਬ ਦਾ ਆਸਰਾ ਰੱਖਿਆ ਹੈ ਉੱਠ ਜਾਵਣਾ ਹੈ ਨੈਣਾ ਵਾਲੀਏ ਨੀ ਹਾਂਜੀ ਹੁਣ ਉਹ ਹੁਣ ਇੱਥੇ ਹੀਰ ਤੇ ਰਾਂਝੇ ਦਾ ਡਾਇਲਾਗ ਵਾਰਿਸ ਸ਼ਾਹ ਕਰਵਾਉਂਦਾ ਹੈ ਜੀ ਤੇ ਵਾਰਿਸ ਸ਼ਾਹ ਇਹ ਇੱਥੇ ਦਿਖਾਉਣਾ ਇਹ ਚਾਹੁੰਦਾ ਹੈ ਜੀ ਕਿ ਜਿਹੜੇ ਦੋ ਬੰਦਿਆਂ ਦਰਮਿਆਨ ਮੁਹੱਬਤ ਪੈਦਾ ਹੁੰਦੀ ਹੈ ਜਾਂ ਜਿਹੜੀ ਮੁਹੱਬਤ ਦੀ ਉਹ ਗੱਲ ਕਰ ਰਿਹਾ ਹੈ ਉਹ ਇੰਜ ਨਹੀਂ ਹੈ ਕਿ ਇੱਕ ਸੋਹਣੀ ਕੁੜੀ ਨੂੰ ਦੇਖ ਕੇ ਇੱਕ ਮੁੰਡਾ ਆਸ਼ਕ ਹੋ ਗਿਆ ਜਾਂ ਇੱਕ ਮੁੰਡੇ ਨੂੰ ਸੋਹਣੇ ਨੂੰ ਦੇਖ ਕੇ ਕੁੜੀ ਆਸ਼ਕ ਹੋ ਗਿਆ ਇਹ ਤਲਕ ਜਿਹੜਾ ਹੈ ਇਸ ਤੋਂ ਜ਼ਿਆਦਾ ਡੂੰਘਾ ਇਸ ਤੋਂ ਜ਼ਿਆਦਾ ਗਹਿਰਾ ਹੋਣਾ ਚਾਹੀਦਾ ਇਸੇ ਵਾਸਤੇ ਉਹ ਰਾਂਝੇ ਕੋਲੋਂ ਘੁਮਾਉਂਦਾ ਹੈ ਹੀਰ ਨੂੰ ਕਹਿੰਦਾ ਹੈ ਰਾਂਝਾ ਆਖਦਾ ਇਹ ਜਹਾਨ ਸੁਫਨਾ ਮਰ ਜਾਉਣਾ ਹੈ ਮਤਵਾਲੀਏ 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 ਦਾ ਮਤਲਬ ਹੈ ਮਸਤ ਮਸਤ ਮਤਲਬ ਆਪਣੇ ਹੁਸਨ ਤੇ ਮਸਤ ਹੈ ਤੂੰ ਯਾਨੀ ਰਾਂਝਾ ਆਖਦਾ ਹੈ ਕਿ ਇਹ ਜਿਹੜੀ ਦੁਨੀਆ ਹੈ ਇੱਕ ਖਾਬ ਹੈ ਇੱਕ ਸੁਫਨਾ ਹੈ ਠੀਕ ਹੈ ਤੇ ਇੱਥੇ ਹਰ ਇੱਕ ਨੇ ਮਰ ਜਾਣਾ ਠੀਕ ਹੈ ਮਤਲਬ ਤੂੰ ਹੀ ਮਰ ਜਾਣਾ ਨੂੰ ਹੀ ਮਰ ਜਾਣਾ ਠੀਕ ਹੈ ਤੁਸਾਂ ਜਿਹਾ ਪਿਆਰਿਆਂ ਇਹ ਲਾਜ਼ਮ ਆਏ ਗਏ ਮੁਸਾਫਰਾਂ ਪਾਲੀਏ ਯਾਨੀ ਤੇਰੇ ਵਗਰੇ ਸੋਹਣੇ ਬੰਦਿਆਂ ਨੂੰ ਦੇ ਉੱਤੇ ਲਾਜ਼ਮ ਹੈ ਕਿ ਆਏ ਗਏ ਜਿਹੜੇ ਮੁਸਾਫਰ ਲੋਕ ਹੁੰਦੇ ਨੇ ਉਹਨਾਂ ਦੀ ਖਿਦਮਤ ਕਰਿਆ ਕਰੋ ਠੀਕ ਹੈ ਠੀਕ ਹੈ ਮਤਲਬ ਇਹ ਨਹੀਂ ਕਿ ਤੁਸੀਂ ਉਹਨਾਂ ਨੂੰ ਗਰੂਰ ਦੇ ਨਾਲ ਮਿਲੋ ਬਿਲਕੁਲ ਐਡਾ ਹੁਸਨ ਦਾ ਨਾ ਗੁਮਾਨ ਕੀਜੇ ਐਲਾ ਪਲੰਘ ਹੈ ਸਣੇ ਨਹਾਲੀਏ ਨਹਾਲੀਏ ਯਾਨੀ ਮਤਲਬ ਇਹ ਏਡਾ ਹੁਸਨ ਦਾ ਬੰਦੇ ਨੂੰ ਗਰੂਰ ਨਹੀਂ ਕਰਨਾ ਚਾਹੀਦਾ ਜੀ ਜੀ ਤੈਨੂੰ ਏਡਾ ਗਰੂਰ ਹੈ ਤੇ ਇਹ ਤੇਰਾ ਪਲੰਗ ਪਿਆ ਹੀ ਤੇ ਇਹ ਜਿਹੜੀ ਨਹਾਲੀਏ ਦਾ ਮਤਲਬ ਹੈ ਰਜਾਈ ਜਾਂ ਤੁਲਾਈ ਜਾਂ ਜੋ ਵੀ ਉੱਥੇ ਆਇਆ ਸੀ ਠੀਕ ਹੈ ਇਹ ਵੀ ਤੇ ਸਣੇ ਉਹਦੇ ਤੈਨੂੰ ਮੈਂ ਆਪਣੀ ਵਾਪਸ ਲਿਆ ਅਸਾਂ ਰੱਬ ਦਾ ਆਸਰਾ ਰੱਖਿਆ ਹੈ ਸਾਨੂੰ ਤੇਰੇ ਪਲੰਗ ਸ਼ਲੰਗ ਦੀ ਕੋਈ ਲੋੜ ਨਹੀਂ ਹੈਗੀ ਤੇਰੇ ਹੋਰ ਗੱਲਾਂ ਦੀ ਲੋੜ ਨਹੀਂ ਹੈਗੀ ਸਾਨੂੰ ਤੇ ਰੱਬ ਦਾ ਆਸਰਾ ਹੈ ਅਸੀਂ ਤੇ ਰੱਬ ਦੇ ਆਸਰੇ ਤੇ ਚੱਲ ਰਹੇ ਹਾਂ ਉੱਠ ਜਾਮਣਾ ਹੈ ਨੈਣਾ ਵਾਲੀਏ ਨੈਣਾ ਵਾਲੀਏ ਇੱਥੋਂ ਜਿਹੜੀ ਅੱਖਾਂ ਸੋਹਣੀਆਂ ਅੱਖਾਂ ਵਾਲੀਏ ਇੱਥੋਂ ਸਾਰਿਆਂ ਨੇ ਉੱਠ ਜਾਣਾ ਅਸੀਂ ਸਾਰਿਆਂ ਚਲੇ ਜਾਣਾ ਤੇ ਅੱਗੋਂ ਹੀਰ ਹਾਂਜੀ ਕੀ ਕਹਿੰਦੀ ਅੱਗੋਂ ਹੀਰ ਅਜੀ ਹੀਰ ਤੇ ਪਲੰਗ ਸਭ ਥਾਂ ਤੇਰੀ ਖੋਲ ਖਤੀਆਂ ਜਿਉੜਾ ਵਾਰੇ ਆਈ ਨਾਹੀਂ ਗਾਲ ਕਢੀ ਹੱਥ ਜੋੜਨੀ ਹਾਂ ਹੱਥ ਲਾਣਾ ਹੱਥ ਲਾ ਨਾਹੀਂ ਤੈਨੂੰ ਮਾਰੇ ਆਈ ਅਸੀਂ ਮਿੰਤਾ ਕਰਾਂ ਤੇ ਪੈਰ ਪਕੜਾਂ ਤੈਥੋਂ ਗੋਲੀਆਂ ਕੂੜ ਕੂੜਮਾਂ ਸਾਰਿਆਂ ਸਾਰਿਆਂ ਹੀ ਅਸਾਂ ਹੱਸ ਕੇ ਆਨ ਸਲਾਮ ਕੀਤਾ ਆਖ ਕਾਸ ਨੂੰ ਮਕਰ ਪਸਾਰਿਆ ਹੀ ਸਨੇ ਪੜ੍ਹੇ ਸੁਨੇ ਪੜ੍ਹੇ ਤਰੰਜਨੀ ਚੈਨ ਨਾਹੀਂ ਅੱਲਾ ਵਾਲੀਆਂ ਅੱਲਾ ਵਾਲਿਆ ਵੋ ਸਾਨੂੰ ਤਾਰਿਆ ਹੀ ਵਾਰਿਸ ਸ਼ਾਹ ਸ਼ਰੀਕ ਕੌਣ ਸ਼ਰੀਕ ਹੈ ਕੌਣ ਸ਼ਰੀਕ ਹੈ ਕੌਣ ਉਸਦਾ ਜਿਸ ਨੇ ਰੱਬ ਨੇ ਕੰਮ ਸਵਾਰਿਆ ਹਾਂਜੀ ਅਜੀ ਹੀਰ ਹੁਣ ਕਹਿੰਦੀ ਹੈ ਹੀਰ ਉਹਦੇ ਰਾਂਝੇ ਦੇ ਜਵਾਬ ਵਿੱਚ ਕਹਿੰਦੀ ਹੈ ਅਜੀ ਹੀਰ ਤੇ ਪਲੰਗ ਸਭ ਥਾਂ ਤੇ ਇਹ ਹੀਰ ਵੀ ਤੇਰੀ ਹੈ ਤੇ ਇਹ ਪਲੰਗ ਵੀ ਤੇਰਾ ਅੱਛਾ
ਗੋਲ ਘੋਲ ਖੱਕੀਆਂ ਜੀਵੜਾ ਬਾਰੇ ਮੈਂ ਤੇਰੇ ਉੱਤੋਂ ਕੁਰਬਾਨ ਗਈ ਹਾਂ, ਆਪਣਾ ਮੈਂ ਦਿਲ ਜਿਹੜਾ ਕੁਰਬਾਨ ਕਰਤਾ ਤੇਰੇ। ਅੱਛਾ, ਗੋਲ ਘੋਲ ਖੱਕੀਆਂ ਜੀਵੜਾ ਵਾਰੇ, ਵਾਰੇ ਜਿਸ ਤਰ੍ਹਾਂ ਵਾਰਦਾ, ਹਾਂਜੀ ਠੀਕ ਹੈ, ਕੁਰਬਾਨ ਕਰ ਦਿੱਤਾ। ਅੱਛਾ, ਨਾ ਹੀ ਗਾਲ ਕੱਢੀ ਹੱਥ ਜੋੜਨੀ ਆ, ਮੈਂ ਤੈਨੂੰ ਕੋਈ ਗਾਲ ਤੇ ਨੀ ਕੱਢੀ, ਬਿਲਕੁਲ ਤੇਰੇ ਅੱਗੇ ਮੈਂ ਹੱਥ ਜੋੜ ਰਹੀ ਹਾਂ, ਹੱਥ ਲਾ ਨਾ ਹੀ ਤੈਨੂੰ ਮਾਰੇ, ਤੈਨੂੰ ਮੈਂ ਮਾਰਿਆ ਵੀ ਨਹੀਂ ਹੈ, ਇਹ ਤੇ ਨਹੀਂ ਕਿ ਮੈਂ ਤੇਰੇ ਨਾਲ ਕੋਈ ਜ਼ਿਆਦਤੀ ਕੀਤੀ ਹੈ। ਠੀਕ ਆ, ਅਸੀਂ ਮਿੰਨਤਾਂ ਕਰਾਂ ਤੇ ਪੈਰ ਪਕੜਾਂ, ਅਸੀਂ ਤੇਰੀ ਮਿੰਨਤਾਂ ਕਰ ਰਹੇ ਹਾਂ, ਤੇਰੇ ਪੈਰ ਪਕੜ ਰਹੇ ਹਾਂ, ਤੇਥੋਂ ਗੋਲੀ ਤੇਥੋਂ ਗੋਲਿਆ ਕੂੜਮਾ ਸਾਰੇ, ਮੈਂ ਕੂੜਮਾ ਦਾ ਮਤਲਬ ਖਾਨਦਾਨ ਕਬੀਲਾ। ਅੱਛਾ, ਮੈਂ ਸਾਰਾ ਕਬੀਲਾ ਤੇਰੇ ਤੋਂ ਕੁਰਬਾਨ ਕਰ ਦਿੱਤਾ। ਅੱਛਾ, ਹਾਂਜੀ, ਅਸਾਂ ਹੱਸ ਕੇ ਆਣ ਸਲਾਮ ਕੀਤਾ, ਆਖ ਕਾਸ ਨੂੰ ਮਕਰ ਪਸਾਰੇ, ਮੈਂ ਤੇ ਹੱਸ ਕੇ ਤੁਹਾਨੂੰ ਆ ਕੇ ਸਲਾਮ ਕੀਤਾ, ਤੇ ਇਹ ਜਿਹੜੀ ਤੂੰ ਝਗੜਾ ਵਿੱਚ ਪਾ ਲਿਆ ਮੇਰੇ ਨਾਲ, ਇਹ ਤਾਂ ਤੂੰ ਅਜੀਬ ਮਕਰ ਕਰ ਰਿਹਾ, ਫਰਾਡ ਕਰ ਰਿਹਾ, ਇਹ ਤੂੰ ਕਹੇ ਕਿ ਤੂੰ ਫਰਾਡ ਦਾ ਸੀਨ ਪੈਦਾ ਕਰ ਰਿਹਾ। ਠੀਕ ਹੈ, ਸੁਣੇ ਪਰੇ ਹੈ ਤ੍ਰਿੰਜਣੀ ਚੈਨ ਨਾਹੀਂ, ਜਿਹੜੀ ਮੇਰੀ ਪਰੇ, ਪਰੇ ਦਾ ਮਤਲਬ ਮਜਲਸ। ਅੱਛਾ, ਪਰੇ ਮਤਲਬ ਮਜਲਸ, ਹਾਂਜੀ, ਤੇ ਤ੍ਰਿੰਜਣਾ ਦੀ ਜਿਹੜੀ ਮੇਰੀ ਮਜਲਸ ਹੈ ਜਿੱਥੇ ਕੁੜੀਆਂ ਇਕੱਠੀਆਂ ਹੋਈਆਂ, ਜੀ ਬਿਲਕੁਲ, ਉਹ ਮੈਨੂੰ ਸਾਰਿਆਂ ਦੇ ਹੁੰਦਿਆਂ ਵੀ ਸੁੰਜੀ ਲੱਗਦੀ ਸੀ, ਵੀਰਾਨ ਲੱਗਦੀ ਸੀ। ਠੀਕ ਹੈ, ਠੀਕ ਹੈ, ਤੇ ਯਾਨੀ ਮਤਲਬ ਮੇਰਾ ਦਿਲ ਵੀਰਾਨ ਸੀ। ਅੱਲਾ ਵਾਲਿਆ ਉਹ ਸਾਨੂੰ ਤਾਰੇ, ਉਹ ਸਾਨੂੰ ਤਾਰੇ, ਤੂੰ ਅੱਲਾ ਵਾਲਾ ਹੈ, ਤੂੰ ਅੱਲਾ ਦਾ ਭੇਜਿਆ ਹੋਇਆ ਬੰਦਾ ਹੈ, ਮੇਰੇ ਕੋਲ ਅੱਲਾ ਦਾ ਭੇਜਿਆ ਹੋਇਆ ਬਜ਼ੁਰਗ ਹੈ, ਠੀਕ ਹੈ, ਜਿਹਨੇ ਮੈਨੂੰ ਪਾਰ ਲਗਾ ਦਿੱਤਾ। ਠੀਕ ਹੈ, ਵਾਰਿਸ ਸ਼ਾਹ ਸ਼ਰੀਕ ਹੈ ਕੌਣ ਉਸਦਾ ਜਿਸਦਾ ਰੱਬ ਨੇ ਕੰਮ ਸਵਾਰਿਆ, ਤੇ ਵਾਰਿਸ ਸ਼ਾਹ ਕਹਿੰਦਾ ਕਿ ਉਸ ਬੰਦੇ ਦੀ ਕੁਛ ਸ਼ਿਰਕਤ ਸ਼ਰੀਕ ਉਹਦਾ ਕੌਣ, ਦਾ ਦੁਸ਼ਮਣੀ ਕੌਣ ਕਰ ਸਕਦਾ ਹੈ ਜਿਹਦਾ ਰੱਬ ਕੰਮ ਕਰੇ। ਠੀਕ ਹੈ, ਸ਼ਰੀਕ ਜਿਹੜੇ ਹੁੰਦੇ ਨਾ, ਤੁਹਾਨੂੰ ਪਤਾ ਨਾ ਕਿ ਜਿਹੜੇ ਕਜ਼ਨਸ ਨੇ, ਜਿਹਨੇ ਉਹਦੀ ਜਿਹੜੇ ਅੰਦਰ ਛੁਪੀ ਹੋਈ ਇੱਕ ਅਛਾਈ ਸੀ ਜੀ, ਜਿਹੜੀ ਉਹਦੀ ਰੂਹ ਸੀ ਉਹਨੂੰ ਜਗਾ ਦਿੱਤਾ। ਅੱਛਾ, ਕਿ ਉਹਦੇ ਕੋਲ ਜਿਹੜੀ ਵੀ ਪਹਿਲੇ ਚੀਜ਼ਾਂ ਸੀਗੀਆਂ, ਉਹਦੀ ਮਜਲਿਸ ਸੀਗੀ, ਤ੍ਰਿੰਜਣਾ ਸੀਗੀਆਂ, ਸਾਰਾ ਕੁਛ, ਉਹ ਲੇਕਿਨ ਉਦਾਸ ਸੀਗੀ, ਉਹ ਉਦਾਸ ਸੀ, ਉਹਦਾ ਦਿਲ ਉਦਾਸ, ਦਿਲ ਉਦਾਸ ਸੀ, ਉਹਦਾ ਦਿਲ ਜਿਹੜਾ ਸੀ ਉਹ ਖਾਲੀ ਸੀ। ਠੀਕ ਹੈ, ਉਹਨੇ ਰਾਂਝੇ ਨੇ ਆ ਕੇ ਉਹਦਾ ਜਿਹੜਾ ਦਿਲ ਹੈ ਉਹਨੂੰ ਜਗਾ ਦਿੱਤਾ। ਠੀਕ ਹੈ, ਇਹ ਮਤਲਬ ਵਾਰਿਸ ਸ਼ਾਹ ਕਹਿੰਦਾ ਕਿ ਜਿਹੜੀ ਮੁਹੱਬਤ ਹੈ ਉਹਦੀ ਬੁਨਿਆਦੀ ਗੱਲ ਇਹ ਹੈ ਕਿ ਉਹ ਦੋ ਬੰਦਿਆਂ ਨੂੰ ਦੁਬਾਰਾ ਤੋਂ ਜਿਉਂਦਾ ਕਰਦੀ ਹੈ। ਠੀਕ ਹੈ, ਅੱਛਾ, ਬਗੈਰ ਮੁਹੱਬਤ ਤੋਂ, ਤੁਸੀਂ ਕਾਫੀਆਂ ਦੇ ਵਿੱਚ ਵੀ ਪੜ੍ਹਿਆ ਹੋਏਗਾ, ਬਿਲਕੁਲ, ਸਾਰੀਆਂ ਕਾਫੀਆਂ 'ਚ ਵੀ ਜਿਹੜੀਆਂ ਸੂਫੀ ਕਾਫੀਆਂ ਉਹਨਾਂ 'ਚ ਵੀ ਆਉਂਦਾ ਕਿ ਅਸੀਂ ਜਿਹੜੀ ਜਿਹੜੀ ਮੁਹੱਬਤ ਦੇ ਵਿੱਚ ਮਰ ਕੇ ਤੇ ਅਸੀਂ ਜਿਉਂਦੇ ਜਿਉਂਦੇ ਨੇ, ਬਿਲਕੁਲ, ਹਾਂ, ਇਹ ਉਹ ਥੀਮ, ਉਹ ਹੀ ਕਨਸੈਪਟ। ਠੀਕ ਹੈ, ਠੀਕ ਹੈ, ਅੱਗੇ ਪੜ੍ਹੋ ਜੀ। ਅੱਛਾ, ਇਹ ਅੱਗੇ ਦਾ ਸਭ ਕੀ ਕੌਣ ਹੈ ਕਹਿ ਰਿਹਾ, ਇਹ ਰਾਂਝੇ ਦਾ ਡਾਇਲੋਗ, ਇਹ ਹੁਣ ਰਾਂਝਾ ਫਿਰ ਐਡਰੈਸ ਕਰ ਰਿਹਾ। ਠੀਕ ਹੈ, ਮਾਨ ਮਤੀਏ ਰੂਪ ਗਮਾਨ ਭਰੀਏ ਅਟਕੀਲੀਏ ਰੰਗ ਰੰਗੀਲੀਏ ਨੀ, ਆਸ਼ਿਕ ਭੋਰ ਫਕੀਰ ਤੇ ਨਾਗ ਕਾਲੇ, ਬਾਜ ਮੰਤਰਾ ਮੂਲ ਨਾ ਕੀਲੀਏ ਜੀ ਨੀ, ਇਹ ਜੋਬਨਾ ਠੱਗ ਬਾਜ਼ਾਰ ਦਾ ਹੀ, ਟੂਨੇ ਟੂਨੇ ਹਾਰੀਏ ਛੇਲ ਛਬੀਲੀਏ ਨੀ, ਤੇਰੇ ਪਲੰਗ ਦਾ ਰੰਗ ਨਾ ਰੂਪ ਘਟਿਆ, ਨਾ ਕਰ ਸ਼ੋਦੀਆਂ ਨਾਲ ਬਖੀਲੀਏ ਨੀ, ਵਾਰਿਸ ਸ਼ਾਹ ਬਿਨ ਕਾਰ ਕਾਰ ਤੋਂ ਜ਼ਬਾ ਕਰੀਏ ਬੋਲ ਨਾਲ ਜ਼ਬਾਨ ਰਸੀਲੀਏ ਨੀ। ਹਾਂਜੀ, ਮਾਣ ਮਤੀਏ ਜਿਹੜੀ ਮਾਣ ਨਾਲ ਭਰੀਏ ਹੋਈ ਹੈ। ਅੱਛਾ, ਹੁਣ ਰਾਂਝਾ ਜਿਹੜਾ ਹੈ, ਰਾਂਝਾ ਫਿਰ ਉਹਨੂੰ ਕਹਿੰਦਾ ਹੈ ਦੁਬਾਰਾ ਕਿ ਤੂੰ ਮਾਣ ਨਾਲ ਭਰੀ ਹੋਈ ਹੈ, ਯਾਨੀ ਪ੍ਰਾਊਡ ਹੈ ਬੜੀ ਤੋਂ, ਤੂੰ ਮਤਲਬ ਬਹੁਤ ਜ਼ਿਆਦਾ ਐਰੋਗੈਂਟ ਹੈ, ਐਰੋਗੈਂਟ। ਠੀਕ, ਮਾਣ ਮਤੀਏ ਰੂਪ ਗੁਮਾਨ ਭਰੀ ਹੈ, ਤੇ ਤੈਨੂੰ ਆਪਣੇ ਹੁਸਨ ਦੇ ਉੱਤੇ ਬਹੁਤ ਜ਼ਿਆਦਾ ਗੁਮਾਨ ਹੈ, ਬਹੁਤ ਜ਼ਿਆਦਾ ਤੇਰੀ ਘਮੰਡ ਹੈ। ਅਟਕੇਲੀਏ ਰੰਗ ਰੰਗੀਲੀਏ, ਅਟਕੇਲੀ ਮਤਲਬ ਸ਼ਰਾਰਤੀ, ਸ਼ਰਾਰਤੀ ਬਿਲਕੁਲ, ਚੰਚਲ ਜੀ ਜੀ ਬਿਲਕੁਲ, ਰੰਗ ਰੰਗੀਲੀਏ ਨੀ, ਤੇਰੇ ਕਈ ਰੰਗ ਨੇ। ਠੀਕ ਹੈ, ਆਸ਼ਿਕ ਭੋਰ ਫਕੀਰ ਤੇ ਨਾਗ ਕਾਲੇ, ਇਹ ਵਾਰਿਸ ਸ਼ਾਹ ਦੇ ਬੜੀ ਖਾਸ ਚਿੰਨ੍ਹਾਂ ਦਾ ਜ਼ਿਕਰ ਜਿਹੜਾ ਹੈ, ਆਸ਼ਿਕ ਤੇ ਭੰਵਰੇ,
ਅੱਛਾ ਭਾਵੇਂ ਜਿਹੜੇ ਹੁੰਦੇ ਭਾਵੇਂ ਜਿਹੜੇ ਹੁੰਦੇ ਠੀਕ ਹਾਂਜੀ ਫਕੀਰ ਤੇ ਨਾਗ ਤੇ ਨਾਗ ਇਹ ਚਾਰ ਜਿਹੜੇ ਨੇ ਇਹ ਚਾਰਾਂ ਦਾ ਕੋਈ ਪਤਾ ਨਹੀਂ ਹੁੰਦਾ ਇਹਨਾਂ ਨੇ ਇਸ ਵੇਲੇ ਕਿੱਥੇ ਜ਼ਾਹਰ ਹੋ ਜਾਂਦਾ ਅੱਛਾ ਤੇ ਵਾਰਿਸ ਸ਼ਾਹ ਇਹ ਕਹਿੰਦਾ ਕਿ ਇਹ ਜਿਹੜੇ ਚਾਰੇ ਨੇ ਇਹਨਾਂ ਨੂੰ ਮੰਤਰਾਂ ਤੋਂ ਬਾਅਦ ਮੰਤਰ ਤੋਂ ਮਤਲਬ ਜਿਹੜੀ ਜਾਦੂ ਤੋਂ ਬਾਅਦ ਯਾਨੀ ਜਿਹੜੀ ਸਕਿੱਲ ਹੈ ਜੀ ਉਹ ਤੋਂ ਬਗੈਰ ਇਹਨਾਂ ਨੂੰ ਕੀਲਣਾ ਦਾ ਮਤਲਬ ਹੁੰਦਾ ਕਿਸੇ ਨੂੰ ਪਾਬੰਦ ਕਰ ਲੈਣਾ ਕਾਬੂ ਕਰ ਲੈਣਾ ਕਾਬੂ ਕਰ ਲੈਣਾ ਉਹਨਾਂ ਨੂੰ ਕਾਬੂ ਨਹੀਂ ਕੀਤਾ ਜਾਂਦਾ ਅੱਛਾ ਯਾਨੀ ਆਸ਼ਿਕ ਪੋਰ ਫਕੀਰ ਤੇ ਨਾ ਕਾਲੇ ਕਾਲੇ ਸੱਪ ਜਿਹੜੇ ਅੱਛਾ ਇਹਨਾਂ ਨੂੰ ਮੰਤਰਾਂ ਤੋਂ ਬਗੈਰ ਤੁਹਾਨੂੰ ਸਕਿੱਲ ਹੋਣੀ ਚਾਹੀਦੀ ਹੈ ਤੁਹਾਡੇ ਚ ਉਹਨਾਂ ਨੂੰ ਪਾਬੰਦ ਕਰਨ ਦੀ ਉਹਨਾਂ ਨੂੰ ਆਪਣੇ ਹੱਥ ਵਿੱਚ ਕਰਨ ਹੋਰ ਜਗ੍ਹਾ ਤੇ ਜਾ ਕੇ ਕਹੇਗਾ ਕਿ ਬਈ ਜਿਹੜੇ ਆਸ਼ਿਕ ਤੇ ਭੋਰ ਤੇ ਫਕੀਰ ਸਾਰੇ ਜਿਹੜੇ ਹੁੰਦੇ ਨੇ ਉਹਨਾਂ ਦਾ ਕੋਈ ਵਤਨ ਨਹੀਂ ਹੁੰਦਾ ਅੱਛਾ ਉਹ ਕਿਸੇ ਥਾਂ ਵਫ਼ਾਦਾਰ ਨਹੀਂ ਹੁੰਦੇ ਨਹੀਂ ਉਹ ਇੱਕ ਥਾਂ ਨਾਲ ਬੱਝੇ ਨਹੀਂ ਅੱਛਾ ਮਤਲਬ ਹੈ ਨਾ ਅਸੀਂ ਜਿਵੇਂ ਫ੍ਰੀ ਸੋਲ ਨੇ ਉਹ ਫ੍ਰੀ ਸੋਲ ਮਤਲਬ ਉਹ ਇਹ ਨਹੀਂ ਅਸੀਂ ਦੇਖੋ ਨਾ ਅਸੀਂ ਤੇ ਵਤਨ ਵਾਸਤੇ ਜੀ ਬਿਲਕੁਲ ਜਾਂ ਮੁਲਕ ਵਾਸਤੇ ਅਸੀਂ ਤੇ ਬੰਦਾ ਮਾਰਨ ਲਈ ਤਿਆਰ ਹੋ ਜਾਂਦੇ ਹਾਂ ਜਾਂ ਮਰਨ ਲਈ ਤਿਆਰ ਹੋ ਜਾਂਦੇ ਹਾਂ ਉਹ ਕਹਿੰਦਾ ਕਿ ਜਿਹੜਾ ਇਹ ਜਿਹੜੇ ਫਕੀਰ ਹੁੰਦੇ ਨੇ ਸਾਧੂ ਹੁੰਦੇ ਨੇ ਜਿਹੜੇ ਸੂਫੀਆ ਹੁੰਦੇ ਨੇ ਠੀਕ ਉਹਨਾਂ ਕੋਲ ਮੁਲਕ ਨਹੀਂ ਹੁੰਦਾ ਇਹ ਫ੍ਰੀ ਸੋਲ ਹੁੰਦੇ ਠੀਕ ਹੈ ਜਿਹੜੇ ਬਾਜ਼ਾਰ ਵਿੱਚ ਜਿਬਾਂ ਕੱਟਦੇ ਨੇ ਜਾਂ ਕੱਟਦੇ ਠੱਗ ਬਾਜ਼ਾਰ ਹਾਂਜੀ ਟੂਣੇ ਹਾਰੀਏ ਮਤਲਬ ਜਾਦੂ ਕਰਨ ਵਾਲੀ ਹੈ ਠੀਕ ਹੈ ਤੂੰ ਜਾਦੂ ਕਰਨ ਵਾਲੀ ਹੈ ਛੈਲ ਚਵਿਲੀਆਂ ਉਹ ਵੀ ਮਤਲਬ ਛੈਲ ਚਵਿਲੀ ਸ਼ੋਖ ਚੰਚਲ ਬਿਲਕੁਲ ਤੇਰੇ ਪਲੰਗ ਦਾ ਰੰਗ ਨਾ ਰੂਪ ਘਟਿਆ ਨਾ ਕਰ ਸ਼ੋਧਿਆ ਨਾਲ ਬਖੀਲੀਏ ਇਹਨੂੰ ਦੋ ਤਰ੍ਹਾਂ ਪੜ੍ਹ ਸਕਦੇ ਤੇਰੇ ਇੱਕ ਤੇ ਪਹਿਲੀ ਗੱਲ ਤਾਂ ਸਾਫ਼ ਹੈ ਨਾ ਕਿ ਤੇਰੇ ਜਿਹੜਾ ਮੇਰੇ ਲੰਮੇ ਪੈਣ ਨਾ ਤੇਰੇ ਪਲੰਗ ਤੇ ਕੁਝ ਵੀ ਫਰਕ ਨਾ ਤੇ ਤੇਰੇ ਪਲੰਗ ਦਾ ਰੰਗ ਘਟਿਆ ਤੇ ਨਾ ਉਹਦਾ ਕੋਈ ਉਹਦੀ ਕੋਈ ਸ਼ਾਨ ਦੇ ਵਿੱਚ ਕੁਛ ਫਰਕ ਪਿਆ ਨਾ ਕਰ ਸ਼ੋਧਿਆ ਨਾਲ ਮਤਲਬ ਇਹ ਦੋ ਤਰ੍ਹਾਂ ਨਾ ਕਰ ਸ਼ੋਧੀਆਂ ਨਾਲ ਬਖੀਲੀਏ ਮਤਲਬ ਸ਼ੋਧਿਆ ਜਿਹੜੀ ਆ ਉਹ ਮੀਨ ਅੱਛਾ ਘਟੀਆ ਗੱਲ ਘਟੀਆ ਠੀਕ ਹੈ ਘਟੀਆ ਗੱਲ ਨਾ ਕਰ ਸਹੀ ਹੈ ਤੇ ਬਖੀਲ ਦਾ ਮਤਲਬ ਹੁੰਦਾ ਹੈ ਕੰਜੂਸ ਕੰਜੂਸ ਬਿਲਕੁਲ ਕੰਜੂਸੀ ਤੇ ਇਹ ਨਾ ਕਰ ਠੀਕ ਹੈ ਇਹ ਵੀ ਹੈ ਇਹ ਵੀ ਹੈਗੀ ਹੈ ਕਿ ਸ਼ੋਧਿਆ ਨਾਲ ਯਾਨੀ ਮੈਂ ਇੱਕ ਸ਼ੋਧਾ ਬੰਦਾ ਹੈ ਓ ਅੱਛਾ ਠੀਕ ਮੈਂ ਇੱਕ ਬਿਲਕੁਲ ਗਰੀਬ ਆਦਮੀ ਹੈ ਮੁਸਾਫਰ ਆਦਮੀ ਹੈ ਤੇ ਮੇਰੇ ਨਾਲ ਜਿਹੜੀ ਤੂੰ ਕੰਜੂਸੀ ਕਰ ਰਹੀ ਹੈ ਉਹ ਨਾ ਕਰ ਉਹ ਨਾ ਕਰ ਠੀਕ ਹੈ ਵਾਰਿਸ ਸ਼ਾਹ ਬਿਨ ਕਾਰ ਤੋਂ ਜ਼ਿਬਾ ਕਰੀਏ ਕਾਰ ਦਾ ਮਤਲਬ ਹੁੰਦਾ ਆਪਣਾ ਛੁਰੀ ਅੱਛਾ ਕਾਰ ਤੋਂ ਮਤਲਬ ਛੁਰੀ ਹਾਂ ਇਹ ਸਾਡੇ ਆ ਵਰਤਿਆ ਵੀ ਜਾਂਦਾ ਸੀ ਘਰ ਚ ਅੱਛਾ ਵਾਰਿਸ ਸ਼ਾਹ ਬਿਨ ਕਾਰ ਤੋਂ ਜ਼ਿਬਾ ਕਰੀਏ ਕਿ ਵਾਰਿਸ ਸ਼ਾਹ ਮਿੱਠੀ ਜ਼ਬਾਨ ਨਾਲ ਬੋਲ ਨਾਲ ਜ਼ਬਾਨ ਰਸੀਲੀ ਰਸੀਲੀ ਜ਼ਬਾਨ ਨਾਲ ਤੁਸੀਂ ਬਗੈਰ ਛੁਰੀ ਤੋਂ ਹੀ ਬੰਦੇ ਨੂੰ ਜ਼ਿਬਾ ਕਰ ਸਕਦੇ ਹੋ ਤੁਸੀਂ ਉਹਨੂੰ ਆਪਣਾ ਮਤੀ ਕਰ ਸਕਦੇ ਬਿਲਕੁਲ ਠੀਕ ਹੈ ਜੀ ਹੁਣ ਅੱਗੇ ਹੀਰ ਦਾ ਜਵਾਬ ਪੜ੍ਹੋ ਜੀ ਠੀਕ ਹੈ ਘੋਲ ਘੋਲ ਖੱਤੀ ਤੈਂਡੀ ਵਾਟ ਉੱਤੋਂ ਬੇਲੀ ਦੱਸ ਖਾਂ ਕਿਧਰੋਂ ਆਵਣਾ ਹੀ ਕਿਸ ਮਾਨ ਮਤੀ ਘਰੋਂ ਕੱਢੀਓ ਤੂੰ ਜਿਸ ਵਾਸਤੇ ਫੇਰੀਆਂ ਪਾਵਣਾ ਹੀ ਫੇਰੀਆਂ ਪਾਵਣਾ ਹੀ ਕੌਣ ਛੱਡ ਆਇਓ ਪਿੱਛੇ ਮਹਿਰ ਵਾਲੀ ਜਿਸ ਵਾਸਤੇ ਤੂੰ ਪਛੋਤਾ ਪਛਤਾਵਣਾ ਪਛਤਾਵਣਾ ਹੀ ਕੌਣ ਦੇਸ ਤੇ ਨਾਮ ਕੀ ਸਾਈਆਂ ਦੇ ਉੱਤੇ ਅਤੇ ਜ਼ਾਤ ਕੌਣ ਸਦਾਵਣਾ ਹੀ ਅਤੇ ਜ਼ਾਤ ਦਾ ਕੌਣ ਸਦਾਵਣਾ ਹੈ ਅਤੇ ਜ਼ਾਤ ਦਾ ਕੌਣ ਸਦਾਵਣਾ ਹੀ ਤੇਰੇ ਵਾਰ ਨੇ ਚੋਖਣੇ ਹੁਣੀਆਂ ਮੈਂ ਮੰਗੂ ਬਾਬਲੇ ਦਾ ਚਾਰ ਲਿਆਵਣਾ ਹੀ ਮੰਗੂ ਬਾਬਲੇ ਦਾ ਤੇ ਚਾਕ ਮੇਰਾ ਮੇਰਾ ਇਹ ਵੀ ਫੰਦ ਲੱਗੇ ਜੇ ਤੂੰ ਲਾਵਣਾ ਹੀ ਵਾਰਿਸ ਸ਼ਾਹ ਚੁਹੀਕ ਜੇ ਨਵੀਂ ਚੁੱਪ ਚੁੱਪੇ
ਸਭੇ ਭੁੱਲ ਜਾਣੀ ਜਿਹੜੀਆਂ ਗਾਵਨਾ। ਹਾਂਜੀ, ਗੋਲ ਗੋਲ ਗੱਤੀ ਤੈਂਡੀ ਵਾਟ ਤੋਂ ਹੀਰ ਕਹਿੰਦੀ ਹੈ ਮੈਂ ਤੇਰੇ ਜਿਹੜਾ ਜਿਹੜੀ ਰਸਤੇ ਤੋਂ ਚੱਲ ਕੇ ਆਇਆ, ਠੀਕ ਹੈ, ਜਿਹੜੇ ਜਿਹੜੀ ਤੂੰ ਵਾਟ ਕਰਦੀ ਹੈ, ਜਿਹੜਾ ਤੂੰ ਸਫ਼ਰ ਕਰਦੀ ਹੈ, ਠੀਕ ਹੈ, ਮੈਂ ਉੱਧਰ ਤੁਮ ਕਰਵਾ। ਅੱਛਾ, ਬੇਲੀ ਦੱਸ ਹਾਂ ਕਿੱਧਰੋਂ ਆਉਣਾ ਤੂੰ, ਮੇਰੇ ਦੋਸਤ ਮੈਨੂੰ ਦੱਸ ਕਿ ਕਿੱਧਰੋਂ ਆਇਆ, ਕਿੱਥੋਂ ਆਇਆ ਤੂੰ, ਬਿਲਕੁਲ ਕਿਸ ਮਾਣ ਮੱਤੀ ਘਰੋਂ ਕੱਢਿਓ ਤੂੰ, ਤੈਨੂੰ ਕਿਸੇ ਮਾਣ ਮੱਤੀ, ਮਾਣ ਮੱਤੀ ਗਰੂਰ ਵਾਲੀ, ਕਿਸੇ ਗਰੂਰ ਵਾਲੀ ਨੇ ਤੈਨੂੰ ਘਰੋਂ ਕੱਢ ਦਿੱਤਾ, ਠੀਕ ਹੈ, ਜੇ ਇਸ ਵਾਸਤੇ ਫੇਰੀਆਂ ਪਾਉਂਦਾ ਕੀ ਉਸ ਵਾਸਤੇ ਘੁੰਮ ਫਿਰਨੇ ਆ ਬਿਲਕੁਲ ਦੁਨੀਆਂ ਦੇ ਵਿੱਚ, ਕੌਣ ਛੱਡ ਆਏ ਹੋ ਪਿੱਛੇ ਮਹਿਰ ਵਾਲੀ, ਮਹਿਰ ਵਾਲੀ ਮੁਹੱਬਤ ਵਾਲੀ, ਮਤਲਬ ਇਹਦਾ ਮਤਲਬ ਬੀਵੀ, ਠੀਕ ਹੈ, ਕਿ ਤੂੰ ਆਪਣਾ ਪਿੱਛੇ ਕਿਹਨੂੰ ਕਿਹੜੀ ਮੁਹੱਬਤ ਵਾਲੀ ਬੀਵੀ ਜਿਹੜੀ ਹੈ ਉਹਨੂੰ ਛੱਡ ਆਇਆ, ਬੀਵੀ ਛੱਡ ਆਇਆ, ਜੇ ਇਸ ਵਾਸਤੇ ਤੂੰ ਪਛਤਾਉਣਾ ਹੈ ਤੇ ਤੂੰ ਉਹਦੇ ਲਈ ਪਛਤਾ ਰਿਹਾ, ਕੌਣ ਦੇਸ਼ ਤੇ ਨਾਮ ਕੀ ਸਾਈਆਂ ਦੇ ਅਤੇ ਜਾਤ ਦਾ ਕੌਣ ਸੁਣਾਉਂ, ਤੂੰ ਇਹ ਵੀ ਦੱਸ ਕਿ ਤੇਰਾ ਕਿੱਥੋਂ ਆਇਆ, ਕਿਹੜਾ ਤੇਰਾ ਦੇਸ਼ ਕਿਹੜਾ ਸੀ, ਦੇਸ਼ ਮਤਲਬ ਤੇਰਾ ਪਿੰਡ ਕਿਹੜਾ ਸੀ, ਤੇ ਤੇਰੇ ਸਾਈਆਂ ਦੇ ਨਾਂ ਕੀ ਨੇ, ਸਾਈਆਂ ਦਾ ਮਤਲਬ ਜਿਹੜੇ ਇਲਾਕੇ ਦੇ ਚੌਧਰੀ ਹੁੰਦੇ ਨੇ, ਠੀਕ ਹੈ, ਉਸ ਵੇਲੇ ਤੇ ਉਹ ਚੌਧਰੀਆਂ ਦੇ ਨਾਂ ਤੇ ਇਲਾਕੇ ਹੁੰਦੇ ਸਨ, ਠੀਕ ਹੈ, ਬਿਲਕੁਲ, ਅਤੇ ਜਾਤ ਦਾ ਕੌਣ ਸੁਣਾਉਂ ਤੇ ਤੇਰੀ ਜਾਤ ਕੀ ਹੈ, ਇਹ ਮਤਲਬ ਵਾਰਿਸ ਸ਼ਾਹ ਉਹ ਸਵਾਲ ਉਹਦੇ ਕੋਲੋਂ ਪੁੱਛਵਾ ਰਿਹਾ ਹੈ, ਬਿਲਕੁਲ, ਜਿਹੜੇ ਉਸ ਵੇਲੇ ਆਮ ਪੁੱਛੇ ਜਾਂਦੇ ਸੀ, ਹਾਂ, ਤੇ ਸਾਡੇ ਵੇਲੇ ਤੱਕ ਵੀ ਜਿਹੜਾ ਅਸੀਂ ਜਦੋਂ ਨਿੱਕੇ ਹੁੰਦੇ ਸੀ ਕਿਸੇ ਨੂੰ ਜਾ ਕੇ ਮਿਲਦੇ ਸਾਂ ਨਾ ਕਿਸੇ ਨੂੰ ਬਗੈਰ ਬੰਦੇ ਨੂੰ, ਜੀ, ਤੋ ਕੋਈ ਆਣ ਤਾਂ ਕਿਹੜਾ ਹੈ, ਕਿਹਦਾ, ਅੱਛਾ, ਮਤਲਬ ਕਿਹਦਾ ਮੁੰਡਾ ਹੈ, ਅੱਛਾ, ਤੇਰੇ ਪਿਓ ਦਾ ਨਾਂ ਕੀ ਹੈ, ਤੇਰੇ ਪਿਓ ਦਾ ਨਾਂ ਕੀ ਹੈ, ਮਤਲਬ ਕਿਉਂਕਿ ਜਿਹੜੀ ਜਿਹੜੀ ਫਿਊਡਲ ਸੁਸਾਇਟੀ ਹੈ, ਜੀ, ਜਿਹੜੀ ਜਗੀਰਦਾਰੀ ਸੁਸਾਇਟੀ ਹੈ ਜਾਂ ਕਬਾਇਲੀ ਸੁਸਾਇਟੀ, ਉਹਦੇ ਚ ਬੰਦੇ ਦੀ ਆਪਣੀ ਕੋਈ ਪਛਾਣ ਨੀ ਹੈ, ਉਹ ਕਬੀਲੇ ਦੀ ਪਛਾਣ ਹੁੰਦੀ ਹੈ, ਕਬੀਲੇ ਦੀ, ਕਬੀਲੇ ਦੇ ਚੌਧਰੀ ਦੀ, ਜਾਤ ਦੀ, ਉਹਨਾਂ ਦੀ ਪਛਾਣ ਹੁੰਦੀ ਹੈ, ਬੰਦੇ ਦੀ ਆਪਣੀ ਪਛਾਣ ਨੀ ਹੁੰਦੀ। ਅੱਛਾ, ਕੌਣ, ਅੱਛਾ ਜੀ, ਤੇਰੇ ਵਾਰ ਨੇ, ਤੇਰੇ ਵਾਰ ਨੇ ਚੁੱਕਣੇ ਹੁੰਦੀਆਂ, ਮੈਂ ਤੇਰੇ ਕੁਰਬਾਨ ਹੁੰਦੀ ਹੈ, ਵਾਰ ਨੇ ਚੁੱਕਣੇ ਹੁੰਦੀਆਂ, ਮੈਂ ਤੈਨੂੰ, ਮੈਂ ਤੇਰੇ ਉੱਤੋਂ ਕਈ, ਚੁੱਕਣੇ ਦਾ ਲਿਟਰਲੀ ਮਤਲਬ ਕੀ ਹੋ, ਚੁੱਕਣੇ ਦਾ ਮਤਲਬ ਕਈ ਗੁਣਾ, ਕਈ ਵਾਰੀ, ਬਿਲਕੁਲ, ਕਈ ਵਾਰੀ, ਠੀਕ ਹੈ, ਕੁਰਬਾਨ ਤੇ ਜੇ ਤੂੰ ਮੇਰੇ ਪਿਓ ਦਾ ਜਿਹੜਾ ਮੱਝਾਂ ਦਾ ਰੇਵੜ ਹੈ ਜਾਂ ਬਿਲਕੁਲ, ਜੇ ਤੂੰ ਉਹਨੂੰ ਚਾਰਨ ਲਈ ਤਿਆਰ ਹੋ ਜਾਵੇ ਤੇ ਮੰਗੂ ਬਾਬਲੇ ਦਾ ਤੇ ਤੂੰ ਚਾਕ ਮੇਰਾ, ਇੱਧਰ ਮੇਰੇ ਪਿਓ ਦਾ ਹੋਏਗਾ, ਮੰਗੂ ਬਾਬਲੇ ਦਾ, ਮੰਗੂ ਬਾਬਲੇ ਦਾ, ਠੀਕ ਹੈ, ਪਰ ਤੂੰ ਮੇਰਾ ਚਾਕ ਹੈ, ਤੂੰ ਮੇਰਾ ਮੁਲਾਜ਼ਮ ਹੈ। ਅੱਛਾ, ਇਹ ਵੀ ਫੰਦ ਲੱਗੇ ਜੇ ਤੂੰ ਲਾਉਣਾ ਹੈ, ਫੰਦ ਦਾ ਮਤਲਬ ਹੁੰਦਾ ਹੈ ਗੰਢ, ਗੰਢ, ਬਿਲਕੁਲ, ਇਹ ਵੀ ਇਸ ਤਰ੍ਹਾਂ ਦਾ ਵੀ ਜਿਹੜਾ ਤਰਕੀਬ ਜਾਂ ਗੰਢ ਜਿਵੇਂ ਤਲਕ ਜਿਹੜਾ ਅਸੀਂ ਬਣਾ ਸਕਦੇ, ਬਣਾ ਸਕਦੇ, ਉਹਨੂੰ ਇਹ ਆਪਸ਼ਨ ਦੇ ਰਹੀ, ਉਹਨੂੰ ਆਪਸ਼ਨ ਦੇ ਰਹੀ ਹੈ, ਉਹਨੂੰ ਸੁਜੈਸਟ ਕਰ ਰਹੀ ਹੈ, ਠੀਕ ਹੈ, ਵਾਰਿਸ ਸ਼ਾਹ ਚੁਹੀਕ ਜਾਂ ਨਵੀਂ ਚੂਪੇ ਸਭੇ ਭੁੱਲ ਜਾਣੀ ਜਿਹੜੀਆਂ ਗਾਵਨਾ, ਚੁਹੀਕ ਹੁੰਦੀਆਂ ਨਵਾਂ ਗੰਨਾ, ਬਿਲਕੁਲ, ਅੱਛਾ, ਤੇ ਵਾਰਿਸ ਸ਼ਾਹ ਉਹਨੂੰ ਕਹਿ ਰਿਹਾ ਵਰਾਂਝੇ ਨੂੰ ਕਿ ਇਹ ਇੱਕ ਐਸਾ ਨਵਾਂ ਗੰਨਾ ਹੈ, ਜੇ ਇਹਨੂੰ ਤੂੰ ਚੂਪ ਕੇ ਇੱਕ ਵਾਰੀ ਵੇਖ ਲਿਆ ਨਾ ਤੇ ਜਿਹੜੀਆਂ ਪਹਿਲੀਆਂ ਸਾਰੀਆਂ ਜਿਹੜੀਆਂ ਤੂੰ ਗਾਵਨਾ ਹੈ ਨਾ, ਜਿਹੜੀਆਂ ਤੂੰ ਦੇਖੀਆਂ ਨੇ ਉਹ ਭੁੱਲ ਜਾਏਗਾ। ਅੱਛਾ, ਮਤਲਬ ਇਹ ਨਵਾਂ ਹੀ ਗੰਨਾ ਹੈ, ਇਹ ਨਵਾਂ ਹੀ ਗੰਨਾ ਹੈ, ਠੀਕ ਹੈ, ਠੀਕ, ਹਾਂਜੀ, ਠੀਕ ਹੈ, ਅੱਛਾ ਜੀ, ਅੱਗੇ ਤੁਸੀਂ ਪੜੋ। ਅੱਛਾ, ਤੁਸਾਂ ਜਿਹੇ ਮਸ਼ੂਕ ਜੇ ਥੀਨ ਰਾਜ਼ੀ, ਮੰਗੂ ਨੈਣਾ ਦੇ ਧਾਰ ਵਿੱਚ ਚਾਰੀਏ ਨੀ, ਨੈਣਾ ਤੇਰਿਆਂ ਦੇ ਅਸੀਂ ਚਾਕ ਲੱਗੇ, ਜਿਵੇਂ ਜਿਉਮ ਨੇ ਤੇਵੇਂ ਸਾਰੀਏ ਨੀ, ਕਿੱਥੋਂ ਗੱਲ ਕੀਜੇ ਨਿਤ ਨਾਲ ਤੁਸਾਂ, ਕੋਈ ਬੈਠ ਵਿਚਾਰ ਵਿਚਾਰੀਏ ਨੀ, ਗੱਲ ਖਤ ਜੰਜਾਲ ਕੰਗਾਲ ਮਾਰੇ, ਜਾਤਰ ਜਾਂ ਤ੍ਰਿੰਜਨੇ ਤ੍ਰਿੰਜਣੀ ਜਾਂ ਤ੍ਰਿੰਜਣੀ ਵਣੇ ਕਵਾਰੀਏ ਨੀ। ਹਾਂਜੀ, ਹੁਣ ਰਾਜਾ ਕਹਿੰਦਾ ਹੈ ਕਿ ਉਹਦੇ ਜਵਾਬ ਚ ਦੇਖਿਆ ਨਾ ਕਿ ਤੂੰ ਮੇਰੇ ਬਾਪ ਦਾ ਚਾਲ ਹੈ, ਤੋ ਕਹਿੰਦਾ ਤੁਸਾਂ ਜੇ ਮਾਸ਼ੂਕ ਜੇ ਥੀਨ ਰਾਜੀ, ਜੇ ਤੇਰੇ ਅਗਰ ਮਾਸ਼ੂਕ ਜਿਹੜੇ ਨੇ ਉਹ ਇਸ ਗੱਲ ਤੇ ਰਾਜੀ ਹੋ ਜਾਣ, ਮੰਗੂ ਨੈਣਾ ਦੀ ਧਾਰ ਵਿੱਚ ਆਣ,
ਅਸੀਂ ਅੱਖਾਂ ਦੀ ਅੱਖਾਂ ਦੇ ਅੰਦਰ ਧਾਰ ਦੇ ਵਿੱਚ ਤੇਰੇ ਇਜਰਾਂ ਨੂੰ ਜਾਣਾ, ਤੇਰੀਆਂ ਮੱਝਾਂ ਨੂੰ ਜਾਣਾ, ਰਾਜ਼ੀ ਹੋ ਗਿਆ ਹੈ ਨੂੰ ਸਾਹ। ਹਾਂਜੀ, ਨੈਣਾ ਤੇਰਿਆਂ ਦੇ ਅਸੀਂ ਚਾਕ, ਅਸੀਂ ਤਾਂ ਸਿਰਫ ਤੇਰੀਆਂ ਅੱਖਾਂ ਦੇ ਨੌਕਰ ਹੋ ਗਏ। ਅੱਛਾ, ਚਾਕ ਸਰੀਰ ਹੋ ਗਏ। ਬਿਲਕੁਲ, ਜਿਵੇਂ ਜੀਵ ਮੰਨੇ ਤਿਵੇਂ ਸਾਰੀ, ਜਿਵੇਂ ਤੇਰੇ ਦਿਲ ਕਰਦਾ ਨਾ ਉਵੇਂ ਕਰ ਲਵਾਂ। ਸਾਰੀ ਦਾ ਮਤਲਬ ਮੁਕੰਮਲ ਕਰਨਾ, ਮੁਕੰਮਲ ਕਰਨਾ ਜਾਂ ਕੰਸਟਰਕਟ ਕਰਨਾ ਜਾਂ ਤਕੀ ਬਣਾ। ਬਿਲਕੁਲ, ਕਿਤੋਂ ਗੱਲ ਕੀਜੇ ਨਿਤ ਨਾਲ ਤੁਸੀਂ, ਮਤਲਬ ਮੇਰਾ ਤੇ ਸਾਰਾ ਇਹ ਹੈ ਕਿ ਕੋਈ ਗੱਲ ਤੇਰੇ ਨਾਲ ਕਰਨ ਦਾ ਕੋਈ ਸਿਲਸਿਲਾ ਪੈਦਾ ਹੋਵੇ, ਕੋਈ ਬੈਠ ਵਿਚਾਰ ਵਿਚਾਰੀਏ ਨੀ ਤੇ ਬਹਿ ਕੇ ਅਸੀਂ ਦੋਵੇਂ ਇਸ ਗੱਲ ਦੇ ਉੱਤੇ ਵਿਚਾਰ ਕਰੀਏ ਕਿ ਸਾਡੀ ਗੱਲਬਾਤ ਕਿਵੇਂ ਚੱਲਦੀ ਰਹਿ ਸਕਦੀ ਹੈ। ਗੱਲ ਫਿਰ ਗੱਲ ਖਤ ਜੰਜਾਲ ਕੰਗਾਲ ਕੰਗਾਲ ਮਾਰੇ ਜਾਂ ਤ੍ਰਿੰਜਣੀ ਬੜੇ ਕੁਆਰੀਏ ਨੀ, ਇਹ ਉਹ ਫਿਰ ਉਹਦਾ ਜਿਹੜਾ ਜਿਹੜਾ ਡਰ ਹੈ ਨਾ ਰਾਂਝੇ ਦਾ, ਉਹ ਫਿਰ ਉਹਦੇ ਸਾਹਮਣੇ ਆ ਜਾਂਦਾ ਕਿ ਤੂੰ ਹੁਣ ਤੇ ਮੈਨੂੰ ਗੱਲ ਖਤ ਮੇਰੇ ਗੱਲ ਨੂੰ ਫੜ ਕੇ ਜੀ ਮੇਰੇ ਉੱਤੇ ਇਹ ਚਾਕਰੀ ਲਾ ਕੇ ਜੀ ਤੇ ਮੈਨੂੰ ਕੰਗਾਲ ਕਰਕੇ ਮਾਰ ਦੇਣਾ ਤੂੰ ਜਾਂ ਤ੍ਰਿੰਜਣੀ ਬੜੇ ਕੁਆਰੀਏ ਨੀ ਤੇ ਤੂੰ ਆਪ ਜਾ ਕੇ ਸੁਨੇਹਾ ਚ ਕੁੜੀਆਂ ਦੇ ਵਿੱਚ ਵੜ ਜਾਣਾ, ਮੈਨੂੰ ਤੂੰ ਇਸ ਮੰਗੂ ਦੇ ਵਿੱਚ ਫਸਾ ਜਾਣਾ ਫਸਾ ਦੇਣਾ। ਇਹ ਉਹਦੀ ਮਤਲਬ ਜਿਹੜੇ ਫੀਅਰਸ ਨੇ ਉਹ ਆ ਰਹੇ ਨੇ, ਉਹ ਸਾਹਮਣੇ ਆ ਰਹੇ। ਠੀਕ ਹੈ, ਹਾਂਜੀ, ਅੱਛਾ। ਚਿਤਾ ਮਾਮਲੇ ਪੈਨ ਤੇ ਛੱਡ ਜਾਏ ਇਸ਼ਕ ਜਾਲਨਾ ਖੜਾ ਖੜਾ ਦੋਹੇ ਲੜਾਈ ਦੋਹੇ ਲੜਾਈ ਸੱਚ ਆਖ ਨਾਈ ਸੱਚ ਆਖ ਨਹੀਂ ਹੁਣੇ ਆਖ ਮੈਨੂੰ ਇਹੋ ਸੱਚ ਤੇ ਝੂਠ ਦਾ ਵੇ ਲੜਾਈ ਤਾਪ ਇਸ਼ਕ ਦੀ ਛਲਨੀ ਖਰੀ ਔਖੀ ਇਸ਼ਕ ਗੁਰੂ ਤੇ ਜਗ ਸਭ ਚੇ ਲੜਾਈ ਇਥੋਂ ਛੱਡ ਈਮਾਨ ਜੇ ਨਸ ਜਾਸੀ ਅੰਤ ਰੋਜ਼ ਕਿਆਮ ਤੇ ਮੇ ਲੜਾਈ। ਹਾਂਜੀ, ਚੇਤਾ ਮਾਮਲੇ ਪੈਣ ਤੇ ਨਸ ਛੱਡ ਜਾਏ ਜਦੋਂ ਮੁਸੀਬਤ ਆਈ, ਜਦੋਂ ਤੇਰੇ ਆਪਣਾ ਤੇਰੇ ਜ਼ਿਹਨ ਦੇ ਉੱਤੇ ਜਾਂ ਤੇਰੇ ਉੱਤੇ ਜਦੋਂ ਤੇਰੇ ਉੱਤੇ ਆਪਣਾ ਜ਼ੋਰ ਪਿਆ ਜੀ, ਮਤਲਬ ਜਦੋਂ ਤੇਰੇ ਮਾਂ ਪਿਓ ਨੇ ਤੈਨੂੰ ਕੁਛ ਕਿਹਾ ਜੀ, ਚੇਤਾ ਮਾਮਲੇ ਪੈਣ ਤੇ ਛੱਡ ਜਾਏ ਛੱਡ ਜਾਏ ਜੇ ਜਦੋਂ ਔਖਾ ਵੇਲਾ ਆਏਗਾ ਤੂੰ ਉਸ ਵੇਲੇ ਛੱਡ ਜਾਣਾ ਤੂੰ ਇਸ਼ਕ ਜਾਲਣਾ ਖੜਾ ਖਰਾ ਦੋਹੀ ਲੜਾਈ। ਇਸ਼ਕ ਜਿਹੜਾ ਹੈ ਉਹਨੂੰ ਜਾਲਣਾ ਦਾ ਮਤਲਬ ਬਰਦਾਸ਼ਤ ਕਰਨਾ, ਅੱਛਾ, ਉਹਦੇ ਨਾਲ ਗੁਜ਼ਾਰਾ ਕਰਨਾ, ਠੀਕ, ਉਹਨੂੰ ਨਿਭਾਉਣਾ ਨਿਭਾਉਣਾ, ਠੀਕ। ਹਾਂਜੀ, ਇਸ਼ਕ ਨੂੰ ਨਿਭਾਉਣਾ ਜਿਹੜਾ ਨਾ ਖਰਾ ਬਹੁਤ ਪਿਓਰਲੀ ਪਿਓਰ ਬਿਲਕੁਲ ਪਿਓਰਲੀ ਵੈਰੀ ਡਿਫੀਕਲਟ, ਬਹੁਤ ਮੁਸ਼ਕਲ। ਦੋਹੇ ਲੜਾ ਮਤਲਬ ਦੋ ਹੀਲਾ, ਓ ਅੱਛਾ, ਠੀਕ ਹੈ, ਯਾਨੀ ਇਹ ਡਬਲ ਐਜਡ ਹੈ, ਬਿਲਕੁਲ, ਇਹ ਦੋ ਧਾਰੀ ਤਲਵਾਰ ਹੈ, ਬਿਲਕੁਲ, ਇਵੇਂ ਦੀ ਇਸ਼ਕ ਜਿਹੜਾ ਹੈ ਇਹ ਦੋ ਧਾਰੀ ਤਲਵਾਰ ਹੈ, ਬੜਾ ਲੜਾਈ। ਸੱਚ ਆਖਣਾ ਹੀ ਹੁਣੇ ਆਖ ਮੈਨੂੰ, ਮੈਂ ਤੈਨੂੰ ਸੱਚ ਹੁਣੇ ਕਹਿੰਦਾ ਕਿ ਹੁਣੇ ਤੂੰ ਮੈਨੂੰ ਸੱਚ ਦੱਸ ਦੇ, ਇਹੋ ਸੱਚ ਤੇ ਝੂਠ ਦਾ ਵੇਲਾ ਅੱਜ ਸ਼ੁਰੂ ਕਰਨ ਲੱਗੀ ਹੈ ਇਸ਼ਕ ਤੇ ਅੱਜ ਝੂਠ ਤੇ ਸੱਚ ਦਾ ਵੇਲਾ ਹੀ, ਹੁਣੇ ਮੈਨੂੰ ਦੱਸ ਦੇ ਕਿ ਤੂੰ ਕੀ ਕਰਨਾ। ਤਾਪ ਇਸ਼ਕ ਦੀ ਝਲਣੀ ਖਰੀ ਔਖੀ ਇਸ਼ਕ ਗੁਰੂ ਤੇ ਜਗ ਸਭ ਚਿੰਤਾ। ਹੁਣ ਇਹ ਕਹਿ ਰਿਹਾ ਰਾਂਝੇ ਦੇ ਥਰੂ ਕਿ ਇਸ਼ਕ ਦੀ ਜਿਹੜੀ ਤਾਪ ਚਮਕ, ਇਸ਼ਕ ਦੀ ਜਿਹੜੀ ਚਮਕ ਹੈ ਜੀ, ਉਹਨੂੰ ਬਰਦਾਸ਼ਤ ਕਰਨਾ, ਉਹਨੂੰ ਚੱਲਣਾ ਬਹੁਤ ਮੁਸ਼ਕਲ, ਬਹੁਤ ਮੁਸ਼ਕਲ, ਬੜੀ ਔਖੀ, ਬਹੁਤ ਔਖਾ ਹੁੰਦਾ। ਇਸ਼ਕ ਗੁਰੂ ਤੇ ਜਗ ਸਭ, ਇਸ਼ਕ ਜਿਹੜਾ ਹੈ ਉਹ ਗੁਰੂ ਹੈ, ਉਹ ਲੀਡਰ ਹੈ, ਬਿਲਕੁਲ, ਤੇ ਬਾਕੀ ਸਾਰੀ ਦੁਨੀਆਂ ਜਿਹੜੀ ਹੈ ਉਹ ਚੇਲੇ ਹੈ, ਚੇਲੇ ਹੈ। ਅੱਗੇ ਕੀ ਹੈ ਜੀ, ਇੱਥੋਂ ਛੱਡ ਈਮਾਨ ਜੇ ਨਸ ਜਾਸੀ ਅੰਤ ਰੋਜ਼ ਕਿਆਮ ਤੇ ਮੇ ਲੜਾਈ, ਜੇ ਇੱਥੇ ਤੂੰ ਮੈਨੂੰ ਛੱਡ ਜਾਏਗੀ, ਅਬੈਂਡਨ ਕਰ ਦੇਗੀ, ਗਾਲਾ ਤੋੜ ਦੇਵੇਂਗੀ, ਤੇ ਫਿਰ ਮੈਂ ਆਪਣਾ ਤੈਨੂੰ ਰੋਜ਼ ਕਿਆਮਤ ਫੜਾਂ, ਠੀਕ ਹੈ ਜੀ, ਉਹ ਪੱਕਾ ਕਰ ਰਿਹਾ, ਉਹਨੂੰ ਪੱਕਾ ਕਰ, ਜੇ ਤੂੰ ਕਮਿਟ ਕਰਨਾ ਹੈ ਤੇ ਫਿਰ ਇਟਸ ਫੋਰਐਵਰ, ਇਟ ਇਜ਼ ਫੋਰਐਵਰ, ਇਹ ਨਹੀਂ ਕਿ ਤੂੰ ਅੱਧੇ ਰਸਤੇ ਜਾ ਕੇ ਛੱਡ ਜਾਏ, ਬਿਲਕੁਲ। ਔਰ ਤੈਨੂੰ ਮੈਂ ਇਹ ਵੀ ਦੱਸ ਰਿਹਾ ਕਿ ਇਸ਼ਕ ਕਰਨਾ ਬਹੁਤ ਔਖਾ ਕਰ, ਹੁਣ ਇਹਦੇ ਵਿੱਚ ਪੂਰੇ ਜਿਹੜਾ ਹੀਰ ਰਾਂਝੇ ਦਾ ਡਾਇਲੋਗ ਆ ਉਹਦੇ ਵਿੱਚ ਜਿਹੜਾ ਵਾਰਿਸ ਸ਼ਾਹ ਹੈ ਉਹ ਫਲਸਫਾ ਇਸ਼ਕ ਦਾ ਜਿਹੜਾ ਹੈ ਔਰ ਉਹਦੀ ਜਿਹੜੀ ਅੱਗਾ ਪਿੱਛਾ ਹੈ, ਉਹਦੀ ਜਿਹੜੀ ਗਹਿਰਾਈ ਹੈ, ਉਹਨੂੰ
ਸਾਹਮਣੇ ਲਿਆ ਕੇ ਤੁਹਾਨੂੰ ਦੱਸਣਾ ਚਾਹੁੰਦਾ ਵਾਰਿਸ ਸ਼ਾਹ ਰਾਂਝੇ ਦੇ ਥਰੂ ਕਿ ਜੇ ਤੁਸੀਂ ਉਹਨੂੰ ਯਾਨੀ ਨਹੀਂ ਚਾੜ ਸਕਦੇ ਸੌਖਾ ਕੰਮ ਠੀਕ ਹੈ ਮਤਲਬ ਦੇਖੋ ਨਾ ਕਿ ਹੁਣ ਹੀਰ ਹੈ ਜੀ ਉਹ ਜਿਹੜਾ ਬੰਦਾ ਉਹਦੇ ਸਾਹਮਣੇ ਖੜਾ ਹੈ ਉਹ ਇੱਕ ਮੁਸਾਫਰ ਆਦਮੀ ਹੈ ਉਹਦਾ ਨਾ ਅੱਗਾ ਹੈ ਨਾ ਪਿੱਛਾ ਹੈ ਬਿਲਕੁਲ ਔਰ ਇੱਕ ਕਬਾਇਲੀ ਸੁਸਾਇਟੀ ਵਿੱਚ ਆ ਗਿਆ ਔਰ ਆ ਕੇ ਉਹਨੇ ਨੌਕਰੀ ਕਰ ਲਈ ਕਰਨੀ ਹੈ ਆਪਣੇ ਹੀਰ ਦੇ ਘਰ ਵਿੱਚ ਤੇ ਹੁਣ ਮਤਲਬ ਹੀਰ ਦਾ ਉਹਦੇ ਨਾਲ ਇਸ਼ਕ ਸੌਖਾ ਦਿਨ ਨਾ ਬਿਲਕੁਲ ਠੀਕ ਹੈ ਇਹ ਜਦੋਂ ਇਹ ਡਾਇਲਾਗਾਂ ਤੋਂ ਬਾਅਦ ਇਹਨਾਂ ਡਾਇਲਾਗਾਂ ਤੋਂ ਬਾਅਦ ਹੀਰ ਜਿਹੜੀ ਹੈ ਉਹ ਰਾਂਝੇ ਨੂੰ ਆਪਣੇ ਪਿਓ ਕੋਲ ਲੈ ਜਾਂਦੀ ਹੈ ਅੱਛਾ ਤੇ ਉਹਦਾ ਪਿਓ ਜਿਹੜਾ ਉਹ ਮੁਖਤਲਿਫ ਤਰ੍ਹਾਂ ਦੇ ਸਵਾਲ ਕਰਦਾ ਹੈ ਕਿ ਇਹ ਕੌਣ ਹੈ ਕਿੱਥੋਂ ਆਇਆ ਹੈ ਇਹ ਜ਼ਾਤ ਦਾ ਕੌਣ ਹੈ ਤੇ ਉਹ ਬੜੀਆਂ ਉਹਦੀਆਂ ਤਾਰੀਫਾਂ ਕਰਦੀ ਹੈ ਕਿ ਇਹ ਬਹੁਤ ਗੁਣੀ ਆਦਮੀ ਹੈ ਔਰ ਇਹ ਬਹੁਤ ਕੁਛ ਸੁਭਾ ਕੇ ਰੱਖੇਗਾ ਸਾਡੀਆਂ ਮੱਝਾਂ ਨੂੰ ਮੱਝਾਂ ਤੇ ਉਹ ਉਹਨੂੰ ਨੌਕਰ ਰੱਖ ਲੈਂਦਾ ਹੈ ਠੀਕ ਹੈ ਅੱਛਾ ਠੀਕ ਹੈ ਉਹ ਜਦੋਂ ਮੱਝਾਂ ਰੱਖ ਕੇ ਤੇ ਵਿਹਲੇ ਵਿੱਚ ਚਾਰਨ ਜਾਂਦਾ ਹੈ ਜੀ ਯਾਨੀ ਜੰਗਲ ਵਿੱਚ ਚਾਰਨ ਜਾਂਦਾ ਹੈ ਤੇ ਉੱਥੇ ਉਹ ਜਾ ਕੇ ਤੇ ਦੁਆ ਮੰਗਦਾ ਹੈ ਮਤਲਬ ਮੈਡੀਟੇਟ ਕਰਦਾ ਹੈ ਅੱਛਾ ਹਾਂਜੀ ਤੇ ਉੱਥੇ ਪੰਜ ਪੀਰ ਹਾਜ਼ਰ ਹੋ ਜਾਂਦੇ ਅੱਛਾ ਪੰਜ ਪੀਰ ਜਿਹੜੇ ਨੇ ਇਹ ਵਾਰਿਸ ਸ਼ਾਹ ਨੇ ਜਿਹੜੇ ਕਰੈਕਟਰ ਹੈ ਪੰਜ ਪੀਰਾਂ ਦਾ ਯਾਨੀ ਰਾਂਝੇ ਦੀ ਜ਼ਿੰਦਗੀ ਚ ਇਹ ਵਾਰਿਸ ਸ਼ਾਹ ਦੀ ਆਪਣੀ ਜਿਹੜੀ ਹੈ ਉਹ ਇੰਟਰੋਡਕਸ਼ਨ ਹੈ ਅੱਛਾ ਇਹ ਬਾਕੀਆਂ ਦੇ ਕਿੱਸਿਆਂ ਵਿੱਚ ਨਹੀਂ ਹੈਗੀ ਅੱਛਾ ਠੀਕ ਹੈ ਇਹ ਉਹਨਾਂ ਦਾ ਚੁੱਕੇ ਉਹਨਾਂ ਦਾ ਤਸੱਵੁਫ ਦਾ ਜਾਂ ਸੂਫੀਜ਼ਮ ਦਾ ਸੀਗਾ ਹਾਂਜੀ ਬੈਕਗ੍ਰਾਉਂਡ ਇਸ ਕਰਕੇ ਉਹਨਾਂ ਨੇ ਲੋਕਿਸ਼ ਪਾਤਾ ਔਰ ਪੰਜ ਪੀਰਾਂ ਤੋਂ ਮਤਲਬ ਇਹ ਵੀ ਕੱਢਿਆ ਜਾਂਦਾ ਪੰਜ ਹਵਾਸ ਅੱਛਾ ਕਿ ਪੰਜੇ ਹਵਾਸਾਂ ਦਾ ਜਾਗਣਾ ਸਹੀ ਹੈ ਮਤਲਬ ਜਿਹੜਾ ਬੰਦਾ ਆਮ ਹਾਲਤ ਚ ਹੈ ਉਹਦੇ ਸਾਰੇ ਹਵਾਸ ਨਹੀਂ ਕੰਮ ਕਰਦੇ ਬਿਲਕੁਲ ਜਿਹੜਾ ਆਸ਼ਿਕ ਹੈ ਉਹਦੇ ਹਵਾਸ ਪੂਰੇ ਜਾਗ ਰਹੇ ਹੁੰਦੇ ਨੇ ਇਹ ਕਹਿਣ ਦਾ ਮਤਲਬ ਅੱਛਾ ਹਾਂਜੀ ਪੜ੍ਹੋ ਠੀਕ ਹੈ ਖਵਾਜਾ ਖਿਜ਼ਰ ਤੇ ਸ਼ਕਰਗੰਜ ਬੋੜ ਘੋੜੀ ਮੁਲਤਾਨ ਦਾ ਜ਼ਿਕਰ ਆ ਪੀਰ ਨੂਰੀ ਪੀਰ ਨੂਰੀ ਹੋਰ ਸੈਯਦ ਜਲਾਲ ਬੁਖਾਰਿਆ ਬੁਖਾਰੀਆ ਬੁਖਾਰਿਆ ਸੀ ਉੱਤੇ ਲਾਲ ਸ਼ਹਿਬਾਜ਼ ਬਹਿਸ਼ਤ ਪੂਰੀ ਤੁਰਾ ਤੁਰਾ ਖਿਜ਼ਰ ਰੁਮਾਲ ਸ਼ਕਰਗੰਜ ਦਿੱਤਾ ਉੱਤੇ ਮੁੰਦਰਾ ਲਾਲ ਸ਼ਹਿਬਾਜ਼ ਨੂਰੀ ਖੰਜਰ ਖੰਜਰ ਸੈਯਦ ਜਲਾਲ ਬੁਖਾਰੀਏ ਨੇ ਖੁੰਡੀ ਜ਼ਿਕਰੀਏ ਪੀਰ ਨੇ ਹਿਕ ਬੂਰੀ ਤੈਨੂੰ ਭੀੜ ਪਵੇ ਕਰੀ ਯਾਦ ਜੱਟਾ ਜੱਟਾ ਨਾਹੀ ਜਾਨੀ ਅਸਾਂ ਥੀ ਪਲਕ ਦੂਰੀ ਹਾਂਜੀ ਇਹ ਹੁਣ ਪੰਜ ਪੀਰ ਕਿਹੜੇ ਨੇ ਖਾਜਾ ਖਿਜ਼ਰ ਖਾਜਾ ਖਿਜ਼ਰ ਇੱਕ ਪੀਰ ਹੈ ਜਿਹੜਾ ਦਰਿਆਵਾਂ ਦੇ ਨਾਲ ਨਾਲ ਚੱਲਦਾ ਜੀ ਬਿਲਕੁਲ ਤੇ ਕਹਿੰਦੇ ਨੇ ਜੀ ਉਹ ਐਸਾ ਹੈ ਕਿ ਜਿਹਨੂੰ ਕਦੀ ਮੌਤ ਨਹੀਂ ਆਉਣੀ ਬਿਲਕੁਲ ਔਰ ਉਹ ਜਿਹੜੇ ਰਸਤਾ ਭੁੱਲੇ ਹੋਏ ਉਹਨਾਂ ਨੂੰ ਰਸਤਾ ਦਿੰਦਾ ਬਿਲਕੁਲ ਖਾਜਾ ਖਿਜ਼ਰ ਸੀ ਮੁਲਤਾਨ ਦਾ ਜ਼ਿਕਰੀਆ ਪੀਰ ਯਾਨੀ ਮੁਲਤਾਨ ਦਾ ਜਿਹੜਾ ਬਹਾਉਦੀਨ ਜ਼ਿਕਰੀਆ ਉਹ ਵੀ ਉਹਨਾਂ ਵਿੱਚ ਸ਼ਾਮਿਲ ਸੀ ਠੀਕ ਹੈ ਹੋਰ ਸੈਯਦ ਜਲਾਲ ਬੁਖਾਰੀਆ ਸੀ ਸੈਯਦ ਜਲਾਲ ਜਲਾਲ ਬੁਖਾਰੀਆ ਅਤੇ ਲਾਲ ਸ਼ਹਿਬਾਜ਼ ਜਿੱਥੇ ਪੱਗ ਮੰਨੀ ਦੀ ਹੈ ਜੀ ਜੀ ਉਹ ਜਿਹੜੀ ਹੈ ਉਹ ਖਿਜ਼ਰ ਨੇ ਦਿੱਤੀ ਅੱਛਾ ਹਾਂਜੀ ਤੇ ਮੁੰਦਰ ਲਾਲ ਖਿਜ਼ਰ ਰੁਮਾਲ ਸ਼ਕਰਗੰਜ ਦਿੱਤਾ ਠੀਕ ਹੈ ਤੇ ਸ਼ਕਰਗੰਜ ਨੇ ਰੁਮਾਲ ਦਿੱਤਾ ਠੀਕ ਹੈ ਅਤੇ ਮੁੰਦਰਾ ਲਾਲ ਸ਼ਹਿਬਾਜ਼ ਨੂੰ ਵੀ ਤੇ ਲਾਲ ਸ਼ਹਿਬਾਜ਼ ਸ਼ਹਿਬਾਜ਼ ਲਾਲ ਪੰਦਰ ਨੇ ਉਹਨੂੰ ਮੁੰਦਰਾ ਦਿੱਤਾ ਮੁੰਦਰਾ ਕੀ ਅੰਗੂਠੀ ਹੈ ਹਾਂਜੀ ਠੀਕ ਹੈ ਖੰਜਰ ਸੈਯਦ ਜਲਾਲ ਬੁਖਾਰੀਏ ਨੇ ਜੀ ਜਿਹੜਾ ਜਲਾ ਸੈਯਦ ਜਲਾਲ ਬੁਖਾਰੀਏ ਚੌਥਾ ਪੀਰ ਸੀ ਉਹਨੇ ਉਹਨੂੰ ਖੰਜਰ ਦਿੱਤਾ ਖੁੰਡੀ ਖੁੰਡੀ ਜ਼ਿਕਰੀਏ ਪੀਰ ਨੇ ਇੱਕ ਬੋਲ ਹਾਂ ਜ਼ਿਕਰੀਏ ਨੇ ਪੀਰ ਜ਼ਿਕਰੀਏ ਜਿਹੜਾ ਸੀ ਮੁਲਤਾਨੀ ਉਹਨੇ ਉਹਨੂੰ ਖੁੰਡੀ ਦਿੱਤੀ ਜਿਹਦੇ ਨਾਲ ਕਿ ਤੂੰ ਮੱਝਾਂ ਹਿੱਕੇਗਾ ਠੀਕ ਹੈ ਤੈਨੂੰ ਭੀੜ ਪਵੇ ਕਰੀ ਯਾਦ ਜੱਟਾ ਨਾ ਹੀ ਜਾਣਨੀ ਅਸਾਂ ਦੀ ਪਲਕ ਦੂਰੀ ਜੇ ਤੈਨੂੰ ਭੀੜ ਦਾ ਮਤਲਬ ਹੈ ਮੁਸੀਬਤ
ਜੇ ਤੈਨੂੰ ਮੁਸੀਬਤ ਆਵੇ ਤੇ ਸਾਨੂੰ ਯਾਦ ਕਰੀ, ਸਾਡੇ ਤੋਂ ਪਲਕ ਦੂਰੀ ਮਤਲਬ ਇੱਕ ਲੰਮਾ ਵੀ ਸਾਡੇ ਤੋਂ ਦੂਰੀ ਨਾ ਸੰਦੂਰ ਨਾ ਕਰੋ, ਅਸੀਂ ਮੌਜੂਦ ਹੋਵਾਂਗੇ ਜਦੋਂ ਤੂੰ ਕਹੇ। ਜਿਹਨੇ ਚਾਰੋਂ ਪੀਰ ਨੇ ਪੰਜੇ ਪੀਰ ਸਾਹਿਬ, ਠੀਕ ਹਾਂ। ਇਹਦੇ 'ਚ ਤੁਸੀਂ ਦੇਖੋ ਕਿ ਜਿਹੜੇ ਪੰਜੇ ਪੀਰ ਉਹਨੂੰ ਜਿਹੜੇ ਤੋਹਫੇ ਦਿੰਦੇ ਨੇ, ਜਾਂ ਮਤਲਬ ਜਿਹੜੀ ਸਿੰਬੋਲਿਕਲੀ ਜਿਹੜੇ ਤੋਹਫੇ ਦਿੰਦੇ ਨੇ, ਉਹਦੇ ਵਿੱਚ ਜਿਹੜਾ ਹੈ ਤੁਰਾ ਵੀ ਹੈ, ਤੁਰਾ ਵੀ ਹੋ ਗਿਆ, ਇਨਸਾਨ ਦੀ ਸ਼ਾਨ ਹੈ, ਬਿਲਕੁਲ, ਰੁਮਾਲ ਰੁਮਾਲ ਹੋ ਗਿਆ ਜਿਹੜਾ ਕਿ ਆਪਣਾ ਸਾਫਟਨੈਸ ਦਾ ਜੀ ਸਿੰਬਲ ਹੈ, ਤੇ ਮੁੰਦਰਾ ਜਿਹੜਾ ਕਿ ਖੂਬਸੂਰਤੀ ਲਈ ਹੈ, ਬਿਲਕੁਲ, ਤੇ ਖੰਜਰ ਜਿਹੜਾ ਕਿ ਆਪਣਾ ਹਫਾਜ਼ਤ ਲਈ ਹੈ, ਬਿਲਕੁਲ, ਵਾਇਲੈਂਸ ਦੇ ਖਿਲਾਫ, ਤੇ ਖੂੰਡੀ ਜਿਹੜੀ ਹੈ ਉਹ ਇੱਕ ਰੋਜ਼ ਦੇ ਕੰਮਾਂ ਦੇ ਵਿੱਚ, ਰੋਜ਼ ਦੇ ਕੰਮਾਂ ਦੇ ਵਿੱਚ ਆਉਣ ਵਾਲੀ ਚੀਜ਼ ਹੈ, ਤੇ ਉਹ ਇਹ ਉਹਨੂੰ ਉਹਨਾਂ ਦਿੱਤਾ। ਇਹ ਪੰਜ ਪੀਰ ਅੱਗੇ ਵੀ ਕਈ ਜਗ੍ਹਾ ਤੇ ਆਉਂਦੇ ਨੇ, ਅੱਛਾ, ਕਿਸੇ ਚੱਲ ਕਿਸੇ ਚ ਆਉਂਦੇ ਨੇ, ਤੇ ਇਹ ਵਾਰਿਸ ਸ਼ਾਹ ਨੇ ਆਪਣੇ ਵੱਲੋਂ ਇਹ ਜਿਹੜੇ ਨੇ ਇਹ ਸ਼ਾਮਿਲ ਕੀਤੇ ਨੇ। ਔਰ ਵਾਰਿਸ ਸ਼ਾਹ ਜਿਹੜਾ ਕਹਿਣਾ ਇਹ ਚਾਹ ਰਿਹਾ ਕਿ ਇਹ ਜਿਹੜਾ ਇਸ਼ਕ ਦਾ ਮਾਮਲਾ ਹੈ, ਇਸ ਜਿਹੜਾ ਚੱਲ ਰਿਹਾ, ਜਿਹੜਾ ਮੈਂ ਬਿਆਨ ਕਰ ਰਿਹਾ, ਉਹਨੂੰ ਇਹਨਾਂ ਸਾਰਿਆਂ ਬਜ਼ੁਰਗਾਂ ਦੀ ਅਪਰੂਵਲ ਹਾਸਲ ਹੈ। ਅੱਛਾ, ਇਹ ਉਹ ਫਲਸਫਾ ਜਿਹੜੇ ਇਹ ਸਾਰੇ ਬਜ਼ੁਰਗ ਕਰ ਰਹੇ, ਜਿਹੜੇ ਸਾਰੇ ਬਜ਼ੁਰਗ ਪੜ੍ਹਾਉਂਦੇ ਸਨ, ਪੜ੍ਹਾਉਂਦੇ ਨੇ ਉਹਦੀ, ਜਾਂ ਜਿਹੜੇ ਉਹ ਦੱਸਦੇ ਤਬਲੀਗ ਕਰਦੇ, ਜਿਹੜੀ ਤਬਲੀਗ ਕਰਦੇ, ਠੀਕ। ਮੈਂ ਉਸ ਉਸ ਇਸ਼ਕ ਦੀ, ਉਸ ਫਲਸਫੇ ਦੀ ਗੱਲ ਕਰ ਰਿਹਾ, ਹੈ ਔਰਤ ਮਰਦ ਦੇ ਦਰਮਿਆਨ, ਪਰ ਇਹਦੀ ਜਿਹੜੀ ਇਸ ਤੋਂ ਬਿਯੋਂਡ ਹੈ, ਔਰ ਇਹ ਉਹ ਹੈ ਜਿਹੜੇ ਕਿ ਇਹਨਾਂ ਪੀਰਾਂ ਨੇ ਸਿਖਾਇਆ ਹੋਇਆ, ਠੀਕ ਹੈ। ਠੀਕ ਹੈ, ਚਲੋ, ਓਕੇ, ਥੈਂਕ ਯੂ।